ਸ਼ੁਰੂ ਸ਼ੁਰੂ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਵੀ ਇਹ ਤਾਂ ਵਿਡੋ ਲੱਗਦੀ ਨਹੀਂ ਤੇ ਮੈਨੂੰ ਫਿਰ ਉਸ ਵੇਲੇ ਦੁੱਖ ਵੀ ਹੁੰਦਾ ਸੀਗਾ ਗੁੱਸਾ ਵੀ ਆਉਂਦਾ ਸੀ ਕੀ ਵੀ ਮੈਂ ਕੀ ਆਪਣੇ ਪਿੱਠ ਦੇ ਪਿੱਛੇ ਲੇਬਲ ਲਗਾ ਲਵਾਂ ਆਮ ਐਮ ਵਿਡੋ ਔਰਤ ਲਈ ਬਹੁਤ ਵੱਡਾ ਇਹ ਹੌਸਲਾ ਕਰਕੇ ਹੀ ਜ਼ਿੰਦਗੀ ਕੱਢਣੀ ਪੈਂਦੀ ਆ ਜਦੋਂ ਤੁਹਾਨੂੰ ਪਤਾ ਹੁੰਦਾ ਹੈ ਕਿ ਜ਼ਿੰਦਗੀ ਦਾ ਭਾਰ ਢੋਣ ਲਈ ਤੁਸੀਂ ਇਕੱਲੇ ਹੋ ਹਨ ਬੜੇ ਸੀਨੀਅਰ ਪ੍ਰੋਫੈਸਰ ਮਜ਼ਾਕ ਕਰਨਾ ਕਿ ਮੰਜੂ ਵਰਮਾ ਨੇ ਇੰਨੇ ਪੇਪਰ ਚੈੱਕ ਕੀਤੇ ਨੇ ਕਿ ਉਹਨੇ 60000 ਦਾ ਫਰਿੱਜ ਖਰੀਦਿਆ ਉਹ ਤਾਂ ਜਿਹੜੇ ਮੈਨੂੰ ਲੱਗਦਾ ਸੀਗਾ ਕਿ ਲੋਕ ਐਪਰੀਸ਼ੀਏਟ ਕਰਨ ਦੀ ਬਜਾਏ ਇਦਾਂ ਦੀਆਂ ਗੱਲਾਂ ਕਰਦੇ ਨੇ ਇੰਨੀ ਅੱਛੀ ਗੱਲਾਂ ਕਰਦੇ ਨੇ ਬੋਲਣ ਲੱਗੇ ਸੋਚਦੇ ਨਹੀਂ ਹੈਗੇ ਵੀ ਤੁਸੀਂ ਮੈਨੂੰ ਇਹ ਤਾਣਾ ਦੇ ਰਹੇ ਹੋ ਤੁਸੀਂ ਇਹ ਤਾਂ ਸੋਚੋ ਕਿ ਵੀ ਮੈਂ ਇਕੱਲੀ ਕਿੱਥੇ ਕਿਵੇਂ ਜਾਵਾਂਗੀ ਉਸ ਮੂਮੈਂਟ ਤੇ ਤੁਹਾਨੂੰ ਲੱਗਦਾ ਕਿ ਤੁਸੀਂ ਤੁਹਾਡੇ ਨਾਲ ਰੱਬ ਨੇ ਬੜਾ ਇਨਜਸਟਿਸ ਕੀਤਾ ਤੁਸੀਂ ਆਪ ਆਪਣੇ ਆਪ ਪੈਰਾਂ ਤੇ ਖੜੇ ਹੋਣ ਵਾਸਤੇ ਤੁਸੀਂ ਸਮਾਜ ਨਾਲ ਕਿਵੇਂ ਲੜਨਾ ਹੈ ਚਾਹੇ 50 ਰੁਪਏ ਦੀ ਵੀ ਡਿਊਟੀ ਹੁੰਦੀ ਸੀ ਮੈਂ 50 ਰੁਪਏ ਦੀ ਡਿਊਟੀ ਵੀ ਕਰਨ ਚਲੀ ਜਾਂਦੀ ਸੀ ਤੁਸੀਂ ਇਮੇਜਿਨ ਨਹੀਂ ਕਰੋਗੇ 50 ਰੁਪਏ ਦੀ ਡਿਊਟੀ ਮੈਨੂੰ ਹੱਸਦੇ ਸੀਗੇ ਕਿ 50 ਰੁਪਏ ਦਾ ਕੀ ਕਰੇਗੀ ਸਾਰੇ ਪਾਲੇ ਹੋ ਜਿੰਦੇ ਵਿੱਚ ਜਦੋਂ ਲੱਗਦਾ ਹੁੰਦਾ ਬੱਚਿਆਂ ਨੂੰ ਵੀ ਤੇ ਤੁਹਾਨੂੰ ਵੀ ਕਿ ਇੱਕ ਫਾਦਰ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਡਬ ਡਾ ਅਫੀਸਰ ਹੋਵੇ ਤਾਂ ਮੈਨੂੰ ਤਾਂ ਐਵੇਂ ਲੱਗਦਾ ਸੀ ਜਿਵੇਂ ਕਿਸੇ ਨੇ ਮੈਨੂੰ ਅਰਸ਼ ਤੋਂ ਫਰਸ਼ ਤੇ ਸੁੱਟ ਦੇ। ਲੋਕ ਘਟ ਸਾਥ ਦਿੰਦੇ ਨੇ ਕਿਉਂਕਿ ਲੋਕ ਹੱਸਦੇ ਨੂੰ ਵੇਖ ਨਹੀਂ ਸਕਦੇ। ਕਮੀਆਂ ਤੇ باوجود ਮੈਂ ਇੱਥੇ ਤੱਕ ਪਹੁੰਚ ਸਕੀ। ਲੇਕਿਨ ਉਹ ਕਮੀ ਤਾਂ ਹਮੇਸ਼ਾ ਹੀ ਰਹੇਗੀ। ਉਹ ਕਮੀ ਤਾਂ ਅੱਜ ਵੀ ਮਹਿਸੂਸ ਹੁੰਦੀ ਹੈ ਔਰ ਹਮੇਸ਼ਾ ਹੀ ਰਹਿੰਦੀ ਰਹੇਗੀ। ਵੀ ਸੋਸ਼ਲ ਦੇਖ ਰਹੇ ਹੋ ਤੁਸੀਂ ਮੈਂ ਰਪਿੰਦਰ ਸੰਧੂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਬਹੁਤ ਵਾਰ ਇਹੋ ਜਿਹੀਆਂ ਕਹਾਣੀਆਂ ਸੁਣਨ ਨੂੰ ਮਿਲਦੀਆਂ ਨੇ ਕਿ ਦੁਨੀਆ ਤੋਂ ਜੇਕਰ ਮਾਂ ਰੁਕਸਤ ਹੋ ਜਾਵੇ ਤਾਂ ਪਿਤਾ ਲਈ ਬੱਚੇ ਪਾਲਣੇ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੇ ਨੇ ਪਰ ਨਾਲ ਦੀ ਨਾਲ ਇਹੋ ਜਿਹੀਆਂ ਵੀ ਬਹੁਤ ਸਾਰੀਆਂ ਅਣਕਹੀਆਂ ਕਹਾਣੀਆਂ ਨੇ ਦੁਨੀਆ ਤੇ ਕਿ ਜਦੋਂ ਪਿਤਾ ਦੁਨੀਆ ਤੋਂ ਰੁਕਸਤ ਹੋ ਜਾਂਦਾ ਤਾਂ ਮਾਂ ਹੈ ਜਿਹੜੀ ਬੜੇ ਸਬਰ ਤੇ ਸਹਜ ਨਾਲ ਆਪਣੇ ਬੱਚੇ ਪਾਲ ਲੈਂਦੀ ਹੈ ਇਹੋ ਜੀ ਇੱਕ ਕਹਾਣੀ ਅੱਜ ਤੁਹਾਡੇ ਰੂਬਰੂ ਲੈ ਕੇ ਹਾਜ਼ਰਾਂ ਤੇ ਕਹਾਣੀ ਦੇ ਮੁੱਖ ਕਿਰਦਾਰ ਨੇ ਮੰਜੂ ਵਰਮਾ ਜੀ ਜਿਹੜੇ ਕਿ ਯੂਨੀਵਰਸਿਟੀ ਤੋਂ ਰਿਟਾਇਰਡ ਪ੍ਰੋਫੈਸਰ ਨੇ ਸਾਲ 1981 ਦੇ ਵਿੱਚ ਉਹਨਾਂ ਦੇ ਜ਼ਿੰਦਗੀ ਦੇ ਹਾਣੀ ਰਾਜੀ ਵਰਮਾ ਜੀ ਦਾ ਕਤਲ ਹੋ ਗਿਆ ਮਹਿਜ਼ ਵਿਆਹ ਦੇ 4 ਵਰਿਆਂ ਤੋਂ ਬਾਅਦ ਉਸ ਸਮੇਂ ਉਹਨਾਂ ਦੇ ਦੋ ਬੱਚੇ ਇੱਕ ਧੀ ਤੇ ਇੱਕ ਪੁੱਤਰ ਸੀ ਅੱਜ ਇਸ ਹਾਦਸੇ ਨੂੰ 40 ਵਰੇ ਹੋ ਚੁੱਕੇ ਨੇ ਕਿਵੇਂ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਸੰਭਾਲਿਆ ਬੱਚਿਆਂ ਦਾ ਪਾਲਣ ਪੋਸ਼ਣ ਆ ਜਿਹੜਾ ਕਿਸ ਤਰੀਕੇ ਨਾਲ ਕੀਤਾ ਇਹ ਕਹਾਣੀ ਕਹਿਣੀ ਇਸ ਲਈ ਵੀ ਬੇਹੱਦ ਜ਼ਰੂਰੀ ਹੈ ਕਿਉਂਕਿ ਸਮਾਜ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਔਰਤਾਂ ਜਹੀਆਂ ਨੇ ਜਿਹੜੀਆਂ ਕਿਤੇ ਨਾ ਕਿਤੇ ਇਸ ਦਰਦ ਨੂੰ ਹੰਡਾਰ ਰਹੀਆਂ ਨੇ ਉਹਨਾਂ ਲਈ ਇਹ ਕਹਾਣੀ ਇੱਕ ਇਨਸਪਾਇਰਿੰਗ ਸਟੋਰੀ ਬਣੇ ਇਹ ਹੀ ਸਾਡੀ ਕੋਸ਼ਿਸ਼ ਹੈ ਸਵਾਗਤ ਕਰਦੇ ਹਾਂ ਮੰਜੂ ਵਰਮਾ ਜੀ ਦਾ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਬੀ ਸੋਸ਼ਲ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸੱਸਰੀ ਯਕਾਲ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ ਤੇ ਮੈਂ ਰੁਪਿੰਦਰ ਸੰਧੂ ਜੀ ਦਾ ਵੀ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੈਨੂੰ ਪੁੱਛਣ ਲਈ ਮੈਨੂੰ ਜਾਣਨ ਲਈ ਇੱਥੇ ਹਾਜ਼ਰ ਹੋਇਓ ਥੈਂਕ ਯੂ ਸੋ ਮਚ ਮੈਂ ਪਹਿਲਾਂ ਤਾਂ ਸਾਡੀ ਪੂਰੀ ਟੀਮ ਵੱਲੋਂ ਮਤਲਬ ਜਦੋਂ ਮੈਂ ਤੁਹਾਡੀ ਕਹਾਣੀ ਜਾਣੀ ਸੀਗੀ ਹਨਾ ਕਿ ਇੱਕ ਔਰਤ ਲਈ ਬਹੁਤ ਵੱਡਾ ਇਹ ਹੌਸਲਾ ਕਰਕੇ ਹੀ ਜ਼ਿੰਦਗੀ ਕੱਢਣੀ ਪੈਂਦੀ ਆ ਜਦੋਂ ਤੁਹਾਨੂੰ ਪਤਾ ਹੁੰਦਾ ਹੈ ਕਿ ਜ਼ਿੰਦਗੀ ਦਾ ਭਾਰ ਢੋਣ ਲਈ ਤੁਸੀਂ ਇਕੱਲੇ ਹੋ ਹਨ ਤਾਂ ਇੱਕ ਤਰ੍ਹਾਂ ਨਾਲ ਸਾਡੇ ਵੱਲੋਂ ਵੀ ਤੁਹਾਨੂੰ ਸਲਾਮ ਹੈ ਸਭ ਤੋਂ ਪਹਿਲਾਂ ਮੈਂ ਇਹ ਹੀ ਚੀਜ਼ ਜਾਣਨਾ ਚਾਹੁੰਦੀ ਆ ਕਿ ਵਿਆਹ ਤੋਂ ਪਹਿਲਾਂ ਤੁਹਾਡਾ ਪਰਿਵਾਰਿਕ ਪਿਸ਼ੋਕੜ ਕੀ ਸੀ ਦੇਖੋ ਮੈਂ ਇੱਕ ਮੇਰੇ ਜਿਹੜੇ ਪੇਰੈਂਟਸ ਨੇ ਉਹ ਦੋਨੋਂ ਟੀਚਰ ਸੀ ਮੇਰੇ ਫਾਦਰ ਹੈਡਮਾਸਟਰ ਸੀ ਤੇ ਮੇਰੇ ਮਦਰ ਵੀ ਸਕੂਲ ਟੀਚਰ ਸੀਗੇ ਮੈਂ ਉਹਨਾਂ ਦੀ ਬੇਟੀ ਆ ਐਸੀ ਮੇਰਾ ਸਾਰਾ ਪਰਿਵਾਰ ਹੀ ਟੀਚਿੰਗ profession ਵਿੱਚ ਰਿਹਾ ਹੈ ਮੇਰੇ ਇੱਥੋਂ ਤੱਕ ਕਿ ਮੇਰੇ ਜਿਹੜੇ ਦਾਦਾ ਜੀ ਸੀ ਉਹ ਵੀ ਹਜਮਾਸਟਰ ਸੀਗੇ ਤੇ ਮੇਰੀ ਦਾਦੀ ਵੀ ਟੀਚਰ ਸੀ ਮੈਂ ਇੱਕ ਬਹੁਤ ਹੀ ਪੜ੍ਹੇ ਲਿਖੇ ਫੈਮਿਲੀ ਨੂੰ ਬਿਲੋਂਗ ਕਰਦੀ ਹਾਂ ਸਾਰੀ ਕਿ ਔਰ ਖਾਸ ਕਰਕੇ ਸਾਡੇ ਜਿਹੜੀ ਫੈਮਿਲੀ ਹੈ ਉਹਦੇ ਵਿੱਚ ਔਰਤ ਦੀ ਸਿੱਖਿਆ ਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਂਦੀ ਹੈ ਸੋ ਮੈਂ ਉਸ ਪਰਿਵਾਰ ਨੂੰ ਬਿਲੋਂਗ ਕਰਦੀ ਹਾਂ ਅੱਛਾ ਜੀ ਰਜੀਵ ਵਰਮਨ ਸੀਨੜ ਤੁਹਾਡਾ ਵਿਆਹ ਕਦੋਂ ਹੋਇਆ ਸਾਡੀ ਜਿਹੜੀ ਮੈਰਿਜ ਹੈ ਉਹ 7 ਮਾਰਚ 1977 ਵਿੱਚ ਹੋਈ ਸੀ ਤੇ ਚੰਡੀਗੜੀ ਹੋਈ ਅਸੀਂ ਇਕੱਠੇ ਯੂਨੀਵਰਸਿਟੀ ਵਿੱਚ ਸੀਗੇ ਮੈਂ ਪੰਜਾਬ ਯੂਨੀਵਰਸਿਟੀ ਵਿੱਚ ਐਮਏ ਕਰ ਰਹੀ ਸੀ ਤੇ ਉਹ ਰਿਸਰਚ ਕਰ ਰਹੀ ਸੀ ਸਿੱਥੇ ਮਲੇ ਯੂਨੀਵਰਸਿਟੀ 'ਚ ਹੀ ਮਿਲੇ ਤੇ ਬਾਅਦ 'ਚ ਫਿਰ ਉਹ 1975 'ਚ ਉਹ ਆਈਪੀਐਸ ਵਿੱਚ ਆ ਗਏ ਤੇ ਯੂਪੀ ਕਾਰਡਰ ਉਹਨਾਂ ਨੂੰ ਮਿਲਿਆ ਸੀਗਾ ਤੇ ਸਾਡੀ 77 ਚ ਮਾਰਚ 77 ਚ ਮੈਰਿਜ ਹੋਇਆ ਅੱਛਾ ਜੀ ਤੇ ਵਿਆਹ ਤੋਂ ਬਾਅਦ ਫਿਰ ਤੁਸੀਂ ਯੂਪੀ ਉਹਨਾਂ ਦੇ ਨਾਲ ਰਹੇ ਹਾਂਜੀ ਮੈਂ ਯੂਪੀ ਚਲੀ ਗਈ ਸੀ ਮੈਂ ਐਮਸੀਐਮ ਡੀਏਵੀ ਕਾਲਜ ਜੌਬ ਕਰਦੀ ਸੀ ਉੱਥੇ ਮੇਰੀ ਰੈਗੂਲਰ ਸਰਵਿਸ ਸੀਗੀ ਤੇ ਮੈਂ ਰਿਜ਼ਾਈਨ ਕਰਕੇ ਫਿਰ ਯੂਪੀ ਗਈ ਸੀ ਹਾਂਜੀ ਮੈਮ ਜਿਵੇਂ ਪਿਛਲੀ ਵਾਰ ਜਦੋਂ ਆਪਣੀ ਮੁਲਾਕਾਤ ਹੋਈ ਸੀ ਤਾਂ ਤੁਸੀਂ ਦੱਸਿਆ ਕਿ ਜਦੋਂ 1981 ਦੇ ਵਿੱਚ ਉਹਨਾਂ ਦਾ ਕਤਲ ਹੁੰਦਾ ਹੈ ਨਾ ਹਾਲੇ ਤੱਕ ਜਿਹੜੀ ਅਨਸੂਲ ਜੀ ਐ ਕਹਾਣੀ ਕਿ ਕਿਉਂ ਹੋਇਆ ਜਾਂ ਕਿੰਨਾ ਨੇ ਕੀਤਾ ਹਨ ਉਸ ਦਿਨ ਬਾਰੇ ਕੋਈ ਗੱਲ ਬਹੁਤ ਮੁਸ਼ਕਿਲ ਹੈ ਉਸ ਗੱਲ ਨੂੰ ਯਾਦ ਕਰਨਾ ਕਿਉਂਕਿ ਉਹ ਗੱਲ ਯਾਦ ਕਰਕੇ ਤਾਂ ਐਵੇਂ ਲੱਗਦਾ ਵੀ ਜਿਵੇਂ ਜ਼ਖਮ ਹਰੇ ਹੋ ਜਾਂਦੇ ਨੇ ਤੇ ਆਸਾਨ ਨਹੀਂ ਹੈਗਾ ਮੈਂ ਉੱਥੇ ਇਕੱਲੀ ਸੀਗੀ ਮੈਂ ਤੇ ਮੇਰੀ ਬੇਟੀ ਸੀ ਬੇਟੀ ਉਸ ਵੇਲੇ 2 ਸਾਲ ਦੀ ਸੀਗੀ ਬੜੀ ਮੁਸ਼ਕਿਲ ਨਾਲ ਤੇ ਉਹ ਆਪ ਵੀ ਛੋਟੀ ਉਮਰ ਦੇ ਸੀ ਮੈਂ 27 ਸਾਲ ਦੀ ਤੇ ਮੇਰੇ ਹਸਬੰਦ ਜਿਹੜੇ ਸੀ 29 ਸਾਲ ਦੇ ਵੀ ਨਹੀਂ ਸੀ ਉਸ ਵੇਲੇ ਉਮਰ ਉਹਨਾਂ ਦੀ ਤੇ ਅਸੀਂ ਉੱਥੇ ਲਖਨਊ ਵਿੱਚ ਹੀ ਸੀਗੇ ਤੇ ਉੱਥੇ ਸਵੇਰੇ ਜਦੋਂ ਉਹਨਾਂ ਦੀ ਡੈਥ ਹੋਈ ਮੈਂ ਨਾਲ ਹੀ ਉਹਨਾਂ ਨੂੰ ਔਰ ਗੋਲੀ ਲੱਗੀ ਉਹਨਾਂ ਨੂੰ ਤੇ ਨਾਲ ਹੀ ਉਹ ਜਦੋਂ ਹਸਪੀਟਲ ਲੈ ਕੇ ਗਏ ਮੈਂ ਵੀ ਨਾਲ ਹੀ ਚਲੀ ਗਈ ਉੱਥੇ ਪਰ ਕੀ ਦੱਸਾਂ ਤੁਹਾਨੂੰ ਇਹ ਬੜਾ ਬੜਾ ਦਰਦਨਾਕ ਹਾਦਸਾ ਸੀ ਤੇ ਫਿਰ ਮੈਂ ਮੈਨੂੰ ਤਾਂ ਘਰ ਭੇਜਤਾ ਕੰਦੇ ਤੁਸੀਂ ਜਾਓ ਘਰ ਆ ਗਈ ਮੈਂ ਬੱਚੀ ਮੈਨੂੰ ਬੱਚੀ ਵੀ ਸੀ ਮੇਰੇ ਕੋਲ ਛੋਟੀ ਜੀ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਉੱਥੇ ਪੁਲਿਸ ਲਾਈਨ ਦੇ ਲੋਕ ਆ ਗਏ ਕਿਉਂਕਿ ਪੁਲਿਸ ਵਿੱਚ ਸੀਗੇ ਐਸਪੀ ਸੀ ਮੇਰੇ ਹਸਬੰਡ ਤੇ ਤੇ ਉਹਨਾਂ ਨੇ ਮੈਨੂੰ ਨੀਂਦ ਦੀ ਗੋਲੀ ਦੇਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਸੋਝੋ ਮੈਂ ਕਿਹਾ ਨਹੀਂ ਮੈਨੂੰ ਦੱਸੋ ਕੀ ਹੋਇਆ ਠੀਕ ਨੇ ਕੀ ਹੋਇਆ ਨਹੀਂ ਦੱਸਿਆ ਕਿਉਂਕਿ ਮੈਂ ਕੱਲੀ ਸੀ ਬਿਲਕੁਲ ਵੀ ਫਿਰ ਮੇਰੇ ਸਾਰਾ ਦਿਨ ਮੈਂ ਰਾਤ ਤੱਕ ਇਕੱਲੀ ਰਹੀ tufaan ਵੀ ਉਸ ਦਿਨ ਬਹੁਤ ਸੀਗਾ ਸ਼ਾਇਦ ਕੁਦਰਤ ਵੀ ਰੋ ਰਹੀ ਸੀ ਤੇ ਅਗਲੇ ਦਿਨ ਫਿਰ ਮੇਰੇ 인laws ਜਿਹੜੇ ਨੇ ਮੇਰੇ father-in-law ਪੰਜਾਬ ਯੂਨੀਵਰਸਿਟੀ ਦੇ registrar ਸੀਗੇ ਉਸ ਵੇਲੇ ਤੇ ਮੇਰੇ mother-in-law father-in-law ਮੇਰੇ ਆਪਣੇ father ਤੇ ਮੇਰੇ sister-in-law ਦੇ husband brother ਮੇਰਾ ਸਾਰੇ ਫਿਰ ਅਗਲੇ ਦਿਨ ਉੱਥੇ ਲਖਨਊ ਪਹੁੰਚੇ ਅੱਥੋਂ ਚੰਡੀਗੜ੍ਹ ਤੋਂ ਲਖਨਊ ਪਹੁੰਚੇ ਪਤਾ ਨਹੀਂ ਕਿਵੇਂ ਪਹੁੰਚੇ ਵਿਚਾਰੇ ਉਹ ਇਹ ਫੇਰ ਮੈਨੂੰ ਉਹਨਾਂ ਨੇ ਸਵੇਰੇ ਅਗਲੇ ਦਿਨ ਦੱਸਿਆ ਵੀ ਹੀ ਇਜ਼ ਨੋ ਮੋਰ ਪੂਰਾ ਦਿਨ ਮੈਨੂੰ ਦੱਸਿਆ ਨਹੀਂ ਬਸ ਇਹੀ ਕਹਿੰਦੇ ਰਹੇ ਕੋਈ ਨਹੀਂ ਆ ਰਹੇ ਨੇ ਆ ਰਹੇ ਨੇ ਠੀਕ ਹੈ ਤੁਸੀਂ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇਹ ਇਸ ਸਦਮੇ ਨੂੰ ਬਰਦਾਸ਼ਤ ਕਰਨਾ ਬਹੁਤ ਮੁਸ਼ਕਲ ਸੀ ਮੇਰੇ ਵਾਸਤੇ ਕਰਨਾ ਪਿਆ ਕਰਨਾ ਪਿਆ ਇਸ ਚੀਜ਼ ਦਾ ਕੋਈ ਕਾਰਨ ਹਲੇ ਤੱਕ ਤੁਹਾਨੂੰ ਪਤਾ ਨਹੀਂ ਚੱਲਿਆ ਪਤਾ ਨਹੀਂ ਕਿਨੇ ਕਰਾਇਆ ਕੀ ਕੀਤਾ ਕੋਈ ਪਿੱਛੋਂ ਕਿਸੇ ਦਾ ਹੱਥ ਹੈ ਕੋਈ ਮਤਲਬ ਉਹਨਾਂ ਨੇ ਸਾਨੂੰ ਸਾਡੇ ਪਰਾਂ ਤੇ ਪਾਣੀ ਨਹੀਂ ਪੀਣ ਦਿੱਤਾ ਉਹਦਾ ਬੜਾ ਮੁਸ਼ਕਿਲ ਹੋ ਸੀਗਾ ਉਸ ਵੇਲੇ ਬਰਦਾਸ਼ਤ ਕਰਨਾ ਵੀ ਮੇਰੇ ਇਨ-ਲॉज ਵਾਸਤੇ ਵੀ ਬਰਦਾਸ਼ਤ ਕਰਨਾ ਬਹੁਤ ਔਖਾ ਸੀ ਕਿਉਂਕਿ ਮੇਰੇ ਹਸਬੰਦ ਜਿਹੜੇ ਨੇ ਉਹ ਇਕੱਲੇ-ਇਕੱਲੇ ਉਹ ਉਹਨਾਂ ਦੇ ਬੇਟੇ ਔਰ ਦੋ ਸਿਸਟਰਜ਼ ਵੀ ਉਹਨਾਂ ਦੀਆਂ ਸੀਗੀਆਂ ਪਰ ਬੇਟਾ ਉਹਨਾਂ ਦਾ ਕੱਲਾ ਕੱਲਾ ਔਰ ਜਵਾਨ ਬੱਚਾ 29 ਸਾਲ ਦੇ ਵੀ ਨਹੀਂ ਸੀਗੇ ਤੇ ਫਿਰ ਇੰਨੇ ਵੱਡੇ ਸਦਮੇ ਨੂੰ ਬਰਦਾਸ਼ਤ ਕਰਨਾ ਉਹਨਾਂ ਵਾਸਤੇ ਵੀ ਔਖਾ ਸੀ ਕੋਸ਼ਿਸ਼ ਕੀਤੀ ਉਹਨਾਂ ਵਿਚਾਰਿਆਂ ਨੇ ਵੀ ਵੀ ਕੋਈ ਪਤਾ ਚੱਲੇ ਵੀ ਕਿਹਨੇ ਕੀਤਾ ਪਰ ਕੁਝ ਹੋ ਨਹੀਂ ਪਤਾ ਨਹੀਂ ਚੱਲਿਆ ਮਤਲਬ ਸਿਰਫ 4 ਸਾਲ ਜਾਂ 4.5 ਸਾਲ ਦਾ ਅਰਸਾ ਹੈ ਜਿਹੜਾ ਤੁਸੀਂ ਹੈਨਾ ਇਕੱਠਿਆਂ ਤੁਹਾਡਾ ਵਕਤ ਲੰਘਿਆ ਜਿਵੇਂ ਜਦੋਂ ਤੁਸੀਂ ਆਪਣੇ ਸਹੁਰੇ ਪਰਿਵਾਰ ਦੀ ਗੱਲ ਕਰ ਰਹੇ ਹੋ ਤਾਂ ਬਹੁਤ ਸਤਿਕਾਰ ਮੈਨੂੰ ਲੱਗਦਾ ਤੁਹਾਡੇ ਸ਼ਬਦਾਂ ਚ ਹਨ ਕਿ ਮਹਿਜ਼ 29 ਸਾਲ ਦਾ ਉਹਨਾਂ ਨੇ ਆਪਣਾ ਬੇਟਾ ਉਸ ਵਕਤ ਗਵਾਇਆ ਬਹੁਤ ਬੜਾ ਬਹੁਤ ਦੁੱਖ ਹੋਇਆ ਉਹਨਾਂ ਨੂੰ ਹਾਂਜੀ ਬੇਟਾ ਤਾਂ ਕਿੰਨੇ ਵੀ ਉਮਰ ਦਾ ਹੋਵੇ ਪਰ ਉਹ ਤਾਂ ਬਹੁਤ ਹੀ ਛੋਟੇ ਸੀਗੇ ਬਹੁਤ ਹੀ ਛੋਟੀ ਉਮਰ ਸੀ ਅੱਡਾ ਵੱਡਾ ਅਫੀਸਰ ਹੋਵੇ ਤਾਂ ਮੈਨੂੰ ਤਾਂ ਐਵੇਂ ਲੱਗਦਾ ਸੀ ਜਿਵੇਂ ਕਿਸੇ ਨੇ ਮੈਨੂੰ ਅਰਸ਼ ਤੋਂ ਫਰਸ਼ ਤੇ ਸੁੱਟ ਦੇ ਹਾਂਜੀ ਉਸ ਵੇਲੇ ਮਹਿਸੂਸ ਹੋਇਆ ਬਿਲਕੁਲ ਜਦੋਂ ਅਸੀਂ ਇੱਕ ਦੂਜੇ ਪਰਿਵਾਰ ਚ ਰਹਿੰਦੇ ਆ ਤਾਂ ਮੈਨੂੰ ਲੱਗਦਾ ਹੈ ਕਿ ਸਭ ਚਾਹੇ ਪਰਿਵਾਰ ਦੇ ਬਾਕੀ ਜੀ ਨੇ ਜਿਹੜੇ ਜਿੰਨੇ ਮਰਜ਼ੀ ਚੰਗੇ ਹੋਣ ਪਰ ਜੋ ਆਸਰਾ ਜਾਂ ਜੋ ਲੋੜ ਤੁਹਾਨੂੰ ਆਪਣੇ ਜੀਵਨ ਸਾਥੀ ਦੀ ਹੁੰਦੀ ਹੈ ਹਨਾ ਉਹਦੇ ਮੁਕਾਬਲੇ ਤੁਸੀਂ ਕਿਸੇ ਨੂੰ ਨਹੀਂ ਲਿਆ ਕੇ ਖੜਾ ਕਰ ਸਕਦੇ ਉਸ ਤੋਂ ਬਾਅਦ ਜ਼ਿੰਦਗੀ ਜਿਹੜੀ ਇੱਕਦਮ ਬਦਲ ਜਾਂਦੀ ਹੈ ਜਦੋਂ ਮਤਲਬ ਤੁਸੀਂ ਇੱਥੋਂ ਸਾਰਾ ਕੁਝ ਛੱਡ ਕੇ ਲਖਨਊ ਗਏ ਤੇ ਫਿਰ ਉੱਥੋਂ ਇੱਕਦਮ ਸਭ ਕੁਝ ਛੱਡ ਕੇ ਇੱਥੇ ਆਏ ਹੋਵੋਗੇ ਦੁਬਾਰਾ ਹਨਾ ਤਾਂ ਪਰਿਵਾਰ ਦਾ ਰਵਈਆ ਜਿਹੜਾ ਤੁਹਾਡੇ ਲਈ ਕਿਵੇਂ ਦਾ ਸੀ ਕਿਉਂਕਿ ਉਦੋਂ ਜਿਹੜਾ ਸਮਾਜਿਕ ਮਾਹੌਲ ਹੁੰਦਾ ਸੀ ਇੰਨਾ ਜ਼ਿਆਦਾ ਬ੍ਰਾਡ ਨਹੀਂ ਸੀ ਹੁੰਦਾ ਹਾਂਜੀ ਹਾਂਜੀ ਦੇਖੋ ਜਿੱਥੋਂ ਦਾ ਤੁਸੀਂ ਪਰਿਵਾਰ ਦੀ ਗੱਲ ਕਹਿੰਦੇ ਹੋ ਮੇਰੇ ਜਿਹੜੇ ਇਨ-ਲॉਸ ਸੀ ਉਹਨਾਂ ਨੂੰ ਵੀ ਸਦਮਾ ਤਾਂ ਉਹਨਾਂ ਨੂੰ ਵੀ ਬਹੁਤ ਵੱਡਾ ਲੱਗਿਆ ਸੀਗਾ ਵੀ ਉਹਨਾਂ ਦਾ ਛੋਟਾ ਜਿਹਾ 29 ਸਾਲ ਦਾ ਵੀ ਨਹੀਂ ਸੀ ਬੱਚਾ ਤੇ ਉਹਨਾਂ ਦਾ ਜਵਾਨ ਬੱਚਾ ਜਿਹੜਾ ਹੈ ਉਹਦੀ ਡੈਥ ਹੋ ਗਈ ਦੁੱਖ ਤਾਂ ਉਹਨਾਂ ਨੂੰ ਵੀ ਬਹੁਤ ਸੀਗਾ ਕੀਤਾ ਉਹਨਾਂ ਨੇ ਮੇਰੇ ਨਾਲ ਕੋਆਪਰੇਟ ਵੀ ਬਹੁਤ ਕੀਤਾ ਉਸੇ ਅਭੀ ਜਿਹੜਾ ਸਾਡਾ ਸਮਾਜ ਹੈ ਉਸ ਵੇਲੇ ਬਹੁਤ ਤੰਗਦਿਲ ਸਮਾਜ ਸੀਗਾ ਹਨਾ ਤੇ ਮੈਂ ਤੇ ਮੇਰੇ ਹਸਬੰਡ ਅਸੀਂ ਨਾ ਬੜੀ ਸ਼ੌਕੀਨ ਸੀਗੇ ਬੜੀ ਅੱਛੀ ਲਾਈਫ ਨਾਲੇ ਆਈਪੀਐਸ ਅਫੀਸਰ ਸੀ ਤੇ ਅਸੀਂ ਦੋਨੋਂ ਉੱਥੇ ਯੂਪੀ ਦੇ ਵਿੱਚ ਜਦੋਂ ਵੀ ਕਦੀ ਕਿਸੇ ਪਾਰਟੀ 'ਚ ਜਾਣਾ ਬੜੇ ਅੱਛੇ ਅਸੀਂ ਤਿਆਰ ਹੋ ਕੇ ਅੱਛੀ ਤਰ੍ਹਾਂ ਤਿਆਰ ਹੋ ਕੇ ਜਾਣਾ ਤੇ ਲੋਕ ਸਗੋਂ ਸਾਡੀ ਇੰਤਜ਼ਾਰ ਕਰਦੇ ਸੀ ਵੀ ਯੰਗ ਕਪਲ ਆ ਰਿਹਾ ਹੈ ਨਾਲੇ ਉੱਥੇ ਲੋਕਾਂ ਨੂੰ ਯੂਪੀ 'ਚ ਵੀ ਪਤਾ ਸੀ ਵੀ ਇਹ ਚੰਡੀਗੜ੍ਹ ਤੋਂ ਨੇ ਤੇ ਬੜੇ ਫੈਸ਼ਨੇਬਲ ਕਪਲ ਹੈ ਦੇਖਦੇ ਸੀ ਸਾਨੂੰ ਇੰਤਜ਼ਾਰ ਕਰਦੇ ਸੀ ਵੀ ਬਈ ਅੱਛੇ ਡਰੈਸ ਸੈਟ ਬੜੀ ਅੱਛੀ ਸੋਹਣੀ ਡਰੈਸ ਪਾ ਕੇ ਆਣਗੇ ਤੇ ਪਰ ਫਿਰ ਜਦੋਂ ਮੈਂ ਇੱਥੇ ਆ ਗਈ ਚੰਡੀਗੜ੍ਹ ਆ ਗਈ ਹਾਲਾਂਕਿ ਦੇਖੋ ਸ਼ਹਿਰ ਹੈ ਯੂਨੀਵਰਸਿਟੀ ਦੇ ਵਿੱਚ ਪੜੇ ਲਿਖੇ ਲੋਕ ਨੇ ਪਰ ਫਿਰ ਵੀ ਮੈਂ ਕਦੀ ਕਦੀ ਨਾ ਮੈਨੂੰ ਉਹਨਾਂ ਦੀਆਂ ਤੰਗ ਦੇ ਲਈ ਗੱਲਾਂ ਜਿਹੜੀਆਂ ਨੇ ਸੋਣਾਂ ਨੂੰ ਮਿਲਦੀਆਂ ਸੀਗੀਆਂ ਮੈਂ ਕਦੀ ਬਹੁਤ ਸੋਹਣੇ ਕੱਪੜੇ ਪਾ ਕੇ ਆਣੇ ਕਲਰਫੁਲ ਕੱਪੜੇ ਪਾ ਕੇ ਆਣੇ ਤੇ ਲੋਕ ਕਹਿ ਦਿੰਦੇ ਸੀਗੇ ਕਿ ਇਹ ਤਾਂ ਵਿੱਡੋ ਨਹੀਂ ਲੱਗਦੀ ਮੈਨੂੰ ਇਹ ਗੱਲਾਂ ਸੁਣ ਕੇ ਬੜਾ ਅਚੰਭਾ ਵੀ ਲੱਗਦਾ ਸੀ ਕਿ ਲੋਕ ਇਦਾਂ ਕਿਉਂ ਸੋਚਦੇ ਨੇ ਕਿ ਅਗਰ ਕੋਈ ਕਿਸੇ ਲੜਕੀ ਦੇ ਜਾਂ ਕਿਸੇ ਲੇਡੀ ਦੇ ਅਗਰ ਹਸਬੰਡ ਦੀ ਡੈਥ ਹੋ ਜਾਂਦੀ ਹੈ ਤੇ ਉਹ ਜੀਣਾ ਛੱਡ ਦੇਵੇ ਹਾਂਜੀ ਮਤਲਬ ਕੀ ਸਾਡਾ ਸਮਾਜ ਇਹ ਚਾਹੁੰਦਾ ਹੈ ਬਜਾਏ ਕਿ ਕਿਸੇ ਵਿਡੋ ਨੂੰ ਉਹ ਕਹਿਣ ਵੀ ਨਹੀਂ ਤੂੰ ਜੀ ਤੈਨੂੰ ਜੀਣਾ ਚਾਹੀਦਾ ਤੇ ਸਗੋਂ ਉਹਨੂੰ ਇਹ ਕਹਿੰਦੇ ਨੇ ਵੀ ਤੂੰ ਜੀਣਾ ਛੱਡ ਦੇ ਵੀ ਉਹ ਵਿਚਾਰੀ ਬਣੀ ਰਹੇ ਅਤੇ ਸਾਡਾ ਸਮਾਜ ਇਹ ਦੇਖਦਾ ਵੀ ਉਹ ਉਹਦੇ ਸਾਹਮਣੇ ਜਿਹੜੀ ਕੋਈ ਵਿੱਡੋ ਐ ਉਹ ਪ੍ਰੋਜੈਕਟ ਕਰੇ ਕਿ ਮੈਂ ਵਿਚਾਰੀ ਆ ਪਰ ਮੈਨੂੰ ਕਿਸੇ ਦੇ ਸਾਹਮਣੇ ਨਾ ਵਿਚਾਰੇ ਬਣਨਾ ਚੰਗਾ ਨਹੀਂ ਲੱਗਿਆ ਕਦੇ ਵੀ ਮੈਂ ਕਦੀ ਕਿਸੇ ਦੇ ਸਾਹਮਣੇ ਰੋਂਦੀ ਨਹੀਂ ਸੀਗੀ ਨਾ ਮੈਂ ਆਪਣਾ ਦੁੱਖ ਵਿਅਕਤ ਕਰਦੀ ਸੀਗੀ ਮੈਂ ਇੱਥੋਂ ਤੱਕ ਕਿ ਆਪਣੇ ਬੱਚਿਆਂ ਦੇ ਸਾਹਮਣੇ ਵੀ ਕਦੀ ਨਹੀਂ ਰੋਈ ਮੇਰੇ ਬੱਚੇ ਉਦੋਂ ਛੋਟੇ ਸੀਗੇ ਪੌਣੇ 4 ਸਾਲ ਦਾ ਮੇਰਾ ਬੇਟਾ ਸੀ ਉਸ ਵੇਲੇ ਤੇ 2 ਸਾਲ ਦੀ ਮੇਰੀ ਬੇਟੀ ਸੀ ਮੈਂ ਉਹਨਾਂ ਦੇ ਸਾਹਮਣੇ ਵੀ ਨਹੀਂ ਸੀ ਰੋਂਦੀ ਮੈਂ ਅੰਦਰ ਬੈਠ ਕੇ ਇਕੱਲੀ ਰੋਂਦੀ ਸੀ ਮੈਂ ਰਾਤ ਨੂੰ ਬੈਠ ਕੇ ਰੋ ਲੈਣਾ ਇਕੱਲੇ ਬੈਠ ਕੇ ਰੋ ਲੈਣਾ ਨਾ ਮੈਂ ਲੋਕਾਂ ਦੇ ਸਾਹਮਣੇ ਕਦੀ ਰੋਣਾ ਕੀਤਾ ਆਪਣਾ ਰੋਣਾ ਦੱਸਿਆ ਤੇ ਨਾ ਹੀ ਮੈਂ ਕਦੀ ਬੱਚਿਆਂ ਦੇ ਸਾਹਮਣੇ ਉਹ ਕੀਤਾ ਰੋ ਕੇ ਦਿਖਾਇਆ ਤੇ ਸਗੋਂ ਬਾਹਰ ਨਹੀਂ ਰੋਂਦੀ ਸੀ ਤਾਂ ਮੇਰੇ ਲੌਜ਼ ਨੂੰ ਜਾਂ ਕਿਸੇ ਨਾ ਕਿਸੇ ਨੂੰ ਕਹਿ ਦਿੰਦੇ ਸੀ ਕਹਿੰਦੇ ਤੁਹਾਡੀ ਤੇ ਡਾਟਰ-ਨ ਲੌ ਨੂੰ ਕੋਈ ਦੁੱਖ ਹੀ ਨਹੀਂ ਆਸਤੇ ਕਦੀ ਉਹਨੂੰ ਰੋਂਦੇ ਨਹੀਂ ਵੇਖਿਆ ਵੀ ਦੱਸੋ ਮੈਂ ਕਿਉਂ ਤੁਹਾਡੇ ਸਾਹਮਣੇ ਰੋਆ ਹਾਂ ਇਹ ਤੁਸੀਂ ਥੋੜਾ ਮੇਰੇ ਨਾਲ ਕੋਈ ਸ਼ੇਅਰ ਕਰੋਗੇ ਤੁਸੀਂ ਥੋੜਾ ਕੋਈ ਮੇਰਾ ਦੁੱਖ ਵੰਡਾਓਗੇ ਜਿਹੜਾ ਮੇਰਾ ਦੁੱਖ ਹੈ ਉਹ ਤੇ ਮੇਰੇ ਨਾਲ ਹੈ ਮੈਂ ਕੀ ਖੋਇਆ ਮੈਂ ਕਿਦਾਂ ਦਿਨ گزار ਰਹੀ ਹਾਂ ਕਿਦਾਂ ਮੈਂ ਰਾਤਾਂ گزار ਰਹੀ ਹਾਂ ਇਹ ਤਾਂ ਕਿਸੇ ਨੂੰ ਵੀ ਨਹੀਂ ਪਤਾ ਕੋਈ ਨਹੀਂ ਸ਼ੇਅਰ ਕਰ ਸਕਦਾ ਫਿਰ ਲੋਕ ਕਿਉਂ ਚਾਹੁੰਦੇ ਨੇ ਇਹ ਮੈਂ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕ ਤੁਹਾਡਾ ਦਰਦ ਵੰਡਾਣ ਦੀ ਬਜਾਏ ਕਿਉਂ ਚਾਹੁੰਦੇ ਨੇ ਕਿ ਤੁਸੀਂ ਉਹਨਾਂ ਦੇ ਸਾਹਮਣੇ ਵਿਚਾਰੇ ਬਣੇ ਰਹੋ ਪਰ ਮੈਂ ਵੀ ਬੜੀ ਹਿੰਮਤ ਨਹੀਂ ਹਾਰੀ ਚਾਹੇ ਲੋਕ ਜੋ ਵੀ ਮਰਜ਼ੀ ਬੋਲਦੇ ਰੇ ਅਗਰ ਮੇਰਾ ਦਿਲ ਕਰਦਾ ਸੀ ਕਿ ਮੈਂ ਚੰਗੇ ਕੱਪੜੇ ਪਾਣੇ ਨੇ ਤੇ ਮੈਂ ਚੰਗੇ ਕੱਪੜੇ ਪਾ ਕੇ ਗਈਆਂ ਮੈਂ ਅਫੋਰਡ ਕਰ ਸਕਦੀ ਸੀ ਮੈਂ ਅچھے ਕੱਪੜੇ ਵੀ ਪਾਏ ਨੇ ਨਹੀਂ ਮੇਰਾ ਦਿਲ ਕਰਦਾ ਸੀ ਆਪ ਦਾ ਮੇਰਾ ਨਹੀਂ ਦਿਲ ਕਰਦਾ ਸੀ ਕਿ ਮੈਂ ਨਹੀਂ ਅੱਜ ਅچھے ਕੱਪੜੇ ਪਾਣੇ ਮੇਰਾ ਮਨ ਟੁੱਟਿਆ ਹੋਇਆ ਤਾਂ ਮੈਂ ਫਿਰ ਸਿੰਪਲ ਵੀ ਬਣ ਕੇ ਜਾਂਦੀ ਰਹੀਆਂ ਮੈਂ ਪਰਵਾਹ ਨਹੀਂ ਕੀਤੀ ਮੈਂ ਲੋਕਾਂ ਦੀ ਬਿਲਕੁਲ ਪਰਵਾਹ ਨਹੀਂ ਕੀਤੀ ਮੈਂ ਸਮਾਜ ਦੀ ਪਰਵਾਹ ਨਹੀਂ ਕੀਤੀ ਤੇ ਮੈਂ ਆਪਣੀ ਮਰਜ਼ੀ ਦੇ ਨਾਲ ਆਪਣੀ ਜ਼ਿੰਦਗੀ ਜੀ ਹੈ ਹਾਂ ਇਹ ਹੈ ਵੀ ਮੈਂ ਕਿਉਂਕਿ ਆਰਥਿਕ ਰੂਪ ਵਿੱਚ ਆਤਮ ਨਿਰਭਰ ਸੀ ਇਹਦੇ ਨਾਲ ਬਹੁਤ ਫਰਕ ਪੈਂਦਾ ਪਰ ਇਹ ਵੀ ਠੀਕ ਹੈ ਮੈਂ ਪੜ੍ਹੀ ਲਿਖੀ ਸੀ ਚਲੋ ਮੈਨੂੰ ਨੌਕਰੀ ਮਿਲ ਗਈ ਮੇਰੇ ਹਸਬੰਦ ਦੀ 28 ਸਤੰਬਰ 1981 ਵਿੱਚ ਡੈਥ ਹੋਈ ਤੇ ਉਹਨਾਂ ਦੀ ਜਿਹੜੀ ਆਖਰੀ ਤਨਖਾਹ ਹੈ ਉਹ ਮੈਨੂੰ ਪਹਿਲੀ ਅਕਤੂਬਰ ਨੂੰ ਮਿਲ ਗਈ ਤੇ 16 ਅਕਤੂਬਰ 1981 ਨੂੰ ਮੈਂ ਯੂਨੀਵਰਸਿਟੀ ਜੁਆਇਨ ਕਰ ਲਈ ਅਕਤੂਬਰ ਦੀ ਮੈਨੂੰ ਤਨਖਾਹ ਮਿਲ ਗਈ ਮੈਨੂੰ ਕਿਸੇ ਤੋਂ ਪੈਸੇ ਨਹੀਂ ਮੰਗਣੇ ਪਏ ਮੈਂ ਆਪਣੇ ਇਨ-ਲੌਸ ਤੋਂ ਵੀ ਨਹੀਂ ਮੰਗੇ ਪੇਰੈਂਟਸ ਤੋਂ ਵੀ ਨਹੀਂ ਮੰਗੇ ਮੈਂ ਆਪਣਾ ਖਰਚਾ ਜਿਹੜਾ ਹੈ ਉਹ ਆਪ ਕਰਦੀ ਰਹੀਆਂ ਪਰ ਉਹਨਾਂ ਨੇ ਕਦੀ ਮਨਾ ਨਹੀਂ ਕੀਤਾ ਸਪੋਰਟ ਕਰਨ ਲਈ ਨਾ ਤਾਂ ਮੇਰੇ ਇਨ-ਲॉज ਨੇ ਕਦੀ ਮਨਾ ਕੀਤਾ ਨਾ ਮੇਰੇ ਪੇਰੈਂਟਸ ਵੱਲੋਂ ਕਦੀ ਕਿਸੇ ਨੇ ਮਨਾ ਕੀਤਾ ਪਰ ਮੈਂ ਆਪਣਾ ਸਵੈਮਾਨ ਦੇ ਨਾਲ ਆਪਣੀ ਜ਼ਿੰਦਗੀ ਜੀਅ ਹੈ ਮੈਂ ਕਦੀ ਵੀ ਕਿਸੇ ਕੋਲੋਂ ਆਰਥਿਕ ਰੂਪ ਦੇ ਵਿੱਚ ਮਦਦ ਨਹੀਂ ਲੈਂਦੀ ਪਰ ਠੀਕ ਹੈ ਚਲੋ ਮੈਂ ਪੜ੍ਹੀ ਲਿਖੀ ਸੀ ਜੇ ਨਾ ਵੀ ਪੜ੍ਹੀ ਲਿਖੀ ਹੁੰਦੀ ਫੇਰ ਵੀ ਮੈਂ ਕੋਈ ਕੰਮ ਕਰਦੀ ਕਿਉਂਕਿ ਜਿਹੜੀ ਤੁਸੀਂ ਜੇ ਆਪਣੇ ਆਪ ਦਾ ਖਰਚਾ ਚਲਾਉਂਦੇ ਹੋ ਕੋਈ ਤੁਸੀਂ ਕੰਮ ਕਰ ਲੈਂਦੇ ਹੋ ਕੋਈ ਜ਼ਰੂਰੀ ਨਹੀਂ ਹੈ ਪੜ੍ਹੇ ਲਿਖੇ ਤੁਸੀਂ ਕੋਈ ਵੀ ਕੰਮ ਕਰ ਸਕਦੇ ਹੋ بڑے ਕੰਮ ਨਹੀਂ ਕਰਨ ਵਾਸਤੇ ਤੁਸੀਂ ਕੋਈ ਸਲਾਈ ਦਾ ਬਟਿਕ ਖੋਲ ਸਕਦੇ ਹੋ ਇਹ ਤਾਂ ਤੁਹਾਡੀ ਆਪਣੀ ਹਿੰਮਤ ਹੈ ਕਿ ਤੁਸੀਂ ਹਿੰਮਤ ਦੇ ਨਾਲ ਬੱਚਿਆਂ ਨੂੰ ਪਾਲਣਾ ਤੇ ਜੇ ਤੁਸੀਂ ਇਹ ठान ਲੈਂਦੇ ਹੋ ਕਿ ਮੈਂ ਆਪਣੇ ਬੱਚਿਆਂ ਨੂੰ ਖੜੇ ਕਰਨਾ ਤੁਹਾਡੇ ਸਾਹਮਣੇ ਇੱਕ ਏਮ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਪਾਲਣਾ ਹੈ ਔਰ ਉਹਨਾਂ ਨੂੰ ਚੰਗੀ ਤਰ੍ਹਾਂ ਪਾਲਣਾ ਹੈ ਉਹਨਾਂ ਨੂੰ ਮੈਂ ਪੜਾਣਾ ਹੈ ਲਿਖਾਣਾ ਹੈ ਉਹਨਾਂ ਨੂੰ ਇੱਕ ਅੱਛੇ ਬਿਹਤਰ ਇਨਸਾਨ ਬਣਾਣਾ ਤੁਸੀਂ ਕਰ ਸਕਦੇ ਹੋ ਇਹ ਤਾਂ ਤੁਹਾਡੀ ਆਪਣੀ ਹਿੰਮਤ ਹੈ ਸੋ ਮੈਂ ਬੱਚਿਆਂ ਨੂੰ ਚੰਡੀਗੜ੍ਹ ਦੇ ਚੰਗੇ ਸਕੂਲਾਂ ਚ ਪਾਇਆ ਉਹਨਾਂ ਬੇਟੇ ਨੂੰ ਮੈਂ ਸੇਂਟ ਜੋਨ ਚ ਪਾਇਆ ਔਰ ਬੇਟੀ ਨੂੰ ਕਾਰਮਲ ਕੌਨਨਟ ਦੇ ਵਿੱਚ ਪੜਾਇਆ ਚੰਡੀਗੜ੍ਹ ਦੇ ਦੋ ਟਾਪ ਮੋਸਟ ਸਕੂਲ ਨੇ ਉਹਦੇ ਚ ਉਹਨਾਂ ਨੂੰ ਪੜਾਇਆ ਮੈਂ ਬੱਚਿਆਂ ਦੀ এডਿਕੇਸ਼ਨ ਤੇ ਕਦੀ ਕੰਪਰੋਮਾਈਜ਼ ਨਹੀਂ ਕੀਤਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਜੋ ਪੜਨਾ ਚਾਹੋ ਤੁਸੀਂ ਬਰਾਬਰ ਤੁਸੀਂ ਦੋਨਾਂ ਨੂੰ ਬੇਟੀ ਨੂੰ ਵੀ ਬੇਟੇ ਨੂੰ ਵੀ ਇਹ ਨਹੀਂ ਕਿ ਮੈਂ ਬੇਟੀ ਨੂੰ ਗਵਰਨਮੈਂਟ ਸਕੂਲ ਚ ਪਾਤਾ ਨਹੀਂ ਵੀ ਬੇਟੀ ਹੈ ਤੇ ਉਹਦਾ ਉਹਦੇ ਉਹਨੂੰ ਜ਼ਿਆਦਾ এডਿਕੇਸ਼ਨ ਨਹੀਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੈਨੂੰ ਬਰਾਬਰ ਦੀ ਤੈਨੂੰ এডਿਕੇਸ਼ਨ ਹੋ ਕਰਾਂਗੀ बराबर दी एजुकेशन ਉਹਨੂੰ ਮੈਂ ਦਿੱਤੀ ਐ ਅੱਛੀ এডਿਊਕੇਸ਼ਨ ਦਿੰਦੀ ਐ ਵੀ ਤਾਂਕਿ ਬੇਟੀ ਵੀ ਜਿਹੜੀ ਆ ਉਹ ਆਪਣੇ ਪੈਰਾਂ ਤੇ ਖੜੀ ਹੋ ਸਕੇ ਤੇ ਦੋਨਾਂ ਨੂੰ ਦੋਨੋਂ ਮੇਰੇ ਬੱਚਿਆਂ ਨੇ ਉਹ ਕੀਤਾ ਮੇਰੇ ਬੱਚਿਆਂ ਨੇ ਵੀ ਕੋਆਪਰੇਟ ਕੀਤਾ ਬੜੇ ਅੱਛੇ ਮੇਰੇ ਬੱਚੇ ਜਿਹੜੇ ਨੇ ਸ਼ਾਇਦ ਉਹ ਵੀ ਇਹ ਦੇਖਦੇ ਸੀ ਵੀ ਸਾਡੀ ਮਦਰ ਮਿਹਨਤ ਕਰ ਰਹੀ ਐ ਕਿਉਂਕਿ ਜੇ ਤੁਸੀਂ ਮਿਹਨਤ ਕਰਕੇ ਬੱਚਿਆਂ ਨੂੰ ਰੋਟੀ ਖਵਾਉਂਦੇ ਹੋ ਮਿਹਨਤ ਕਰਕੇ ਤੁਸੀਂ ਬੱਚਿਆਂ ਨੂੰ ਪੈਸੇ ਦਿੰਦੇ ਹੋ ਤੇ ਉਹ ਵੀ ਕਿੱਥੇ ਨਾ ਕਿੱਥੇ ਸਮਝਣ ਲੱਗ ਜਾਂਦੇ ਨੇ ਕਿ ਅਸੀਂ ਇਸ ਪੈਸੇ ਨੂੰ ਵੇਸਟ ਨਹੀਂ ਕਰਨਾ। ਵੈਸੇ ਬੱਚਿਆਂ ਨੇ ਵੀ ਜਿਸ ਤਰ੍ਹਾਂ ਮੈਂ ਕਦੀ ਉਹਨਾਂ ਨੂੰ ਟਿਊਸ਼ਨ ਨਹੀਂ ਰੱਖ ਕੇ ਦਿੱਤੀ। میٹرਿਕ ਤੱਕ ਮੈਂ ਉਹਨਾਂ ਨੂੰ ਕੋਈ ਟਿਊਸ਼ਨ ਨਹੀਂ ਰੱਖ ਕੇ ਦਿੱਤੀ। ਉਹ ਦੋਨੋਂ ਬੱਚੇ ਆਪਣੇ ਆਪ ਪੜਦੇ ਰਹੇ। ਅੱچھے ਸਕੂਲਾਂ 'ਚ ਪੜੇ ਔਰ ਕਦੀ ਵੀ ਸਕੂਲ ਦੇ ਵਿੱਚੋਂ ਬੱਚਿਆਂ ਦੀ ਕੋਈ ਸ਼ਿਕਾਇਤ ਨਹੀਂ ਆਈ। ਥੋੜਾ ਜਿਹਾ ਮੈਂ ਉਹਨਾਂ ਨੂੰ ਟ੍ਰੇਨ ਕਰਕੇ ਵੀ ਭੇਜਦੀ ਸੀ ਕਿ ਬੇਟਾ ਤੁਸੀਂ ਸਕੂਲ 'ਚ ਪੜਦੇ ਹੋ। ਤੇ ਤੁਸੀਂ ਆਪਣੇ ਕਿਸੇ ਟੀਚਰ ਦੇ ਨਾਲ ਮਿਸ ਬਿਹੇਵ ਨਹੀਂ ਕਰਨਾ ਵੱਡਿਆਂ ਨਾਲ ਮਿਸ ਬਿਹੇਵ ਨਹੀਂ ਕਰਨਾ ਕੋਈ ਕਿਸੇ ਦੀ ਉੱਥੋਂ ਚੀਜ਼ ਨਹੀਂ ਚੁੱਕ ਕੇ ਲੈ ਆਣੀ ਥੋੜਾ ਦਾ ਬੱਚਿਆਂ ਨੂੰ ਟ੍ਰੇਨ ਕਰੀਦਾ ਸੀਗਾ ਇਹ ਤਾਂ ਨਹੀਂ ਵੀ ਬੱਚਿਆਂ ਨੂੰ ਸਿਖਾਣਾ ਵੀ ਪੈਂਦਾ ਤੇ ਐਜ਼ ਅ ਮਦਰ ਮੈਂ ਉਹਨਾਂ ਨੂੰ ਪੂਰੀ ਉਹ ਟ੍ਰੇਨਿੰਗ ਦਿੰਦੀ ਰਹੀ ਆ ਤੇ ਪਰ ਬੱਚਿਆਂ ਨੇ ਵੀ ਕਦੀ ਮੈਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਕਦੀ ਉਹਦੇ ਬੇਟੀ ਦੇ ਸਕੂਲ ਤੋਂ ਕਦੀ ਸ਼ਿਕਾਇਤ ਨਹੀਂ ਆਈ ਬੇਟੇ ਦੇ ਸਕੂਲ ਤੋਂ ਕਦੀ ਸ਼ਿਕਾਇਤ ਨਹੀਂ ਆਈ ਕਿ ਵੀ ਤੁਹਾਡੇ ਬੱਚੇ ਨੇ ਅੱਜ ਇਹ ਗਲਤੀ ਕੀਤੀ ਹੈ ਬਲਕਿ ਮੇਰਾ ਬੇਟਾ ਤੇ ਉੱਥੇ ਸੇਂਟ ਜੌਨ ਦੇ ਵਿੱਚ ਹੈੱਡ ਬாய் ਵੀ ਰਿਹਾ ਔਰ ਜਿਹੜੇ ਸਕੂਲ ਦੇ ਟੀਚਰ ਸੀਗੇ ਪ੍ਰਿੰਸੀਪਲ ਸੀ ਉਹ ਬੱਚਿਆਂ ਨੂੰ ਬੜਾ ਪਿਆਰ ਕਰਦੇ ਰਹੇ ਫਿਰ ਉਹਨਾਂ ਨੂੰ ਇੰਜੀਨੀਅਰਿੰਗ ਕਾਲਜ ਗਏ ਉੱਥੇ ਵੀ ਉਹਨਾਂ ਨੂੰ ਬੜਾ ਪਿਆਰ ਮਿਲਿਆ ਦੋਨਾਂ ਬੱਚਿਆਂ ਨੂੰ ਪਿਆਰ ਮਿਲਿਆ ਉੱਥੇ ਵੀ ਕਦੀ ਉਹ ਫਸਟ ਆ ਜਾਂਦੇ ਸੀ ਕਦੀ ਸੈਕਿੰਡ ਆ ਜਾਂਦੇ ਸੀਗੇ ਦੋਨੋਂ ਬੱਚੇ ਤੇ ਉਹਨਾਂ ਦੀ ਜਿਹੜੀ ਫੀਸ ਹੋ ਰਿਫੰਡ ਹੋ ਜਾਂਦੀ ਸੀ ਇੱਥੋਂ ਤੱਕ ਕਿ ਮੈਨੂੰ ਇੱਕ ਵਾਰੀ ਮੌਕਾ ਮਿਲਿਆ ਅ ਉੱਥੇ ਬੱਚੇ ਮੇਰੇ ਦੋਨੋਂ ਜਿਹੜੇ ਨੇ ਉਹ ਸ਼ਹੀਦ ਭਗਤ ਸਿੰਘ ਇੰਜੀਨੀਅਰਿੰਗ ਕਾਲਜ ਆ ਫਿਰੋਜ਼ਪੁਰ ਉੱਥੇ ਦੋਨੋਂ ਬੱਚਿਆਂ ਨੇ ਉੱਥੋਂ ਇੰਜੀਨੀਅਰਿੰਗ ਕੀਤੀ ਹੈ ਤੇ ਉੱਥੇ ਮੈਨੂੰ ਮੌਕਾ ਮਿਲਿਆ ਇੱਕ ਵਾਰੀ ਜਾਣ ਦਾ ਮੇਰੀ ਬੇਟੀ ਥੋੜੀ ਜੀ ਠਿੱਲੀ ਸੀਗੀ ਤੇ ਉੱਥੇ ਜਾਣ ਦਾ ਜਦੋਂ ਮੌਕਾ ਮਿਲਿਆ ਤੇ ਮੈਨੂੰ ਕੈਂਟੀਨ ਵਾਲਾ ਵੀ ਕਹਿੰਦਾ ਕਿ ਮੈਡਮ ਤੁਸੀਂ ਬੜੇ ਲੱਕੀਓ ਤੁਹਾਡੇ ਬੱਚੇ ਬਹੁਤ ਅੱਛੇ ਨੇ ਬੜੇ ਇੱਥੇ ਹਲਿਹਮੀ ਦੇ ਨਾਲ ਰਹਿੰਦੇ ਨੇ ਕਹਿੰਦੇ ਅਸੀਂ ਤੇ ਬੱਚਾ ਨੂੰ ਇੱਥੇ ਦੇਖਦੇ ਆ ਉਹਨਾਂ ਨੂੰ ਵੀ ਕਿੱਦਾਂ ਰਹਿ ਰਹੇ ਨੇ ਪਰ ਤੁਹਾਡੇ ਬੱਚੇ ਬੜੇ ਡੀਸੈਂਟ ਬੱਚੇ ਨੇ ਪ੍ਰਿੰਸੀਪਲ ਨੇ ਵੀ ਮੈਨੂੰ ਕਿਹਾ ਕਿ ਮੈਡਮ ਤੁਸੀਂ ਬੜੇ ਲੱਕੀਓ ਤੁਹਾਡੇ ਬੱਚੇ ਬਹੁਤ ਅੱਛੇ ਨੇ ਤੇ ਜਿਹੜੇ ਉੱਥੋਂ ਦੇ ਟੀਚਰ ਸੀਗੇ ਉਹ ਵੀ ਉਹਨਾਂ ਨੂੰ ਕਿਤਾਬਾਂ ਦੇ ਦਿੰਦੇ ਸੀ ਆਪਣੀਆਂ ਵੀ ਤੁਸੀਂ ਕਿਤਾਬਾਂ ਨਾ ਖਰੀਦੋ ਤੁਸੀਂ ਇਹ ਸਾਡੀਆਂ ਕਿਤਾਬਾਂ ਲੈ ਕੇ ਪੜ੍ਹ ਲਓ ਤੇ ਮੈਨੂੰ ਬੜਾ ਅੱਛਾ ਲੱਗਦਾ ਸੀ ਕਿ ਸਕੂਲ ਦੇ ਵਿੱਚ ਉਹਨਾਂ ਦਾ ਅੱਛਾ ਆਇਆ ਫਿਰ ਕਾਲਜ ਦੇ ਵਿੱਚ ਵੀ ਉਹਨਾਂ ਨੂੰ ਉਹਨਾਂ ਦੀ ਫੀਸ ਉੱਥੇ ਮਾਫ ਹੁੰਦੀ ਰਹੀ ਤੇ ਪੜ੍ਹ ਲੈ ਬੱਚੇ ਉਹਨਾਂ ਨੇ ਬੜੇ ਅੱਛੀ ਤਰ੍ਹਾਂ ਉਹਨਾਂ ਨੇ ਐਜੂਕੇਸ਼ਨ ਹਾਸਲ ਕਰ ਲਈ ਤੀ ਫਿਰ ਤਾਰੀਫ਼ ਵੀ ਕਰਦੇ ਸੀਗੇ ਕਾਲਜ ਦੇ ਟੀਚਰਸ ਵੀ ਤਾਰੀਫ਼ ਕਰਦੇ ਸੀ ਕਿ ਤੁਹਾਡੇ ਬੱਚੇ ਬੜੇ ਡੀਸੈਂਟ ਨੇ ਬੜੇ ਵੈਲ ਬਿਹੇਵਡ ਬੱਚੇ ਨੇ ਤੇ ਮੈਨੂੰ ਹੋਰ ਹੋਰ ਮਦਦਨ ਕੀ ਚਾਹੀਦਾ ਹੈ ਇਜੇ ਤੁਹਾਡੇ ਬੱਚੇ ਵੈਲ ਬਿਹੇਵਡ ਨੇ ਇਹ ਸੁਣਨ ਨੂੰ ਮਿਲ ਜਾਏ ਤੇ ਆਈ ਫੈਲਟ ਵੈਰੀ ਹੈਪੀ ਕਿ ਮੇਰੇ ਬੱਚੇ ਵੈਲ ਬਿਹੇਵਡ ਨੇ ਤੇ ਕੀਤਾ ਉਹਨਾਂ ਨੇ ਬੱਚਿਆਂ ਨੇ ਬਹੁਤ ਕੋਆਪਰੇਟ ਕੀਤਾ ਜਿਸ ਕਰਕੇ ਇਹ ਸਫਰ ਜਿਹੜਾ ਹੈ ਮੇਰੇ ਵਾਸਤੇ ਆਸਾਨ ਹੁੰਦਾ ਗਿਆ ਇਹ ਠੀਕ ਹੈ ਪਰ ਫੀਲ ਜ਼ਰੂਰ ਹੁੰਦਾ ਸੀ ਵੀ ਅੱਜ ਜੇ ਇਹਨਾਂ ਦੇ ਫਾਦਰ ਹੁੰਦੇ ਉਹ ਕੁਝ ਹੋਰ ਤਰੀਕੇ ਨਾਲ ਸੋਚਦੇ ਸ਼ਾਇਦ ਉਹ ਇਹਨਾਂ ਵਾਸਤੇ ਹੋਰ ਵੀ ਬੈਟਰ ਕਰਦੇ ਹਰ ਜੋ ਮੈਂ ਕਰ ਸਕੀ ਜਿੰਨੀ ਮੇਰੀ ਇੱਕ ਹਸਿਆਸੀਤ ਸੀ ਨਾ ਨਾਲ ਉਸ ਦੇ ਕਰਦੀ ਰਹੀ ਹਾਂ ਜੀ ਆਪ ਜਿੰਨਾ ਮਰਜੀ ਕਹਿ ਲੀਏ ਜਿਵੇਂ ਤੁਸੀਂ ਸ਼ੁਰੂਆਤ ਚ ਕਿਹਾ ਵੀ ਮੈਂ ਕਦੀ ਬੱਚਿਆਂ ਸਾਹਮਣੇ ਨਹੀਂ ਰੋਈ ਹੈ ਨਾ ਮੈਂ ਅੰਦਰ ਵੜ ਕੇ ਜਦੋਂ ਮੈਨੂੰ ਜ਼ਿਆਦਾ ਦੁੱਖ ਮਹਿਸੂਸ ਹੁੰਦਾ ਸੀ ਤਾਂ ਮੈਂ ਆਪਣੇ ਅੰਦਰ ਕਮਰੇ ਚ ਬੈਠ ਕੇ ਪਰ ਫਿਰ ਵੀ ਜਦੋਂ ਉਹ ਪਾਲ ਯਾਦ ਆਉਂਦੇ ਨੇ ਵੀ ਉਹਨਾਂ ਸਾਲਾਂ ਦੇ ਵਿੱਚ ਜੋ ਕਮੀਆਂ ਮਹਿਸੂਸ ਕੀਤੀਆਂ ਨਾ ਅੱਜ ਵੀ ਤੁਹਾਡੀਆਂ ਅੱਖਾਂ ਚ ਹੰਝੂ ਉਸ ਚੀਜ਼ ਲਈ ਨੇ ਆਲੇ ਦੁਆਲੇ ਦਾ ਜਿਵੇਂ ਤੁਸੀਂ ਕਿਹਾ ਕਿ ਬਹੁਤ ਜ਼ਿਆਦਾ ਕੋਆਪਰੇਟ ਨਹੀਂ ਸੋਸਾਇਟੀ ਕਰਦੀ ਉਹਨਾਂ ਦਾ ਹਮੇਸ਼ਾ ਹੀ ਇਹ ਰਵਈਆ ਹੁੰਦਾ ਕਿ ਆਪਾਂ ਮਤਲਬ ਕਿਸੇ ਦੇ ਦੁੱਖ ਨੂੰ ਘਟਾਉਣ ਦੀ ਬਜਾਏ ਵਧਾਉਣ ਵਾਲਾ ਮਾਹੌਲ ਆ ਜਿਹੜਾ ਬਣ ਜਾਂਦਾ ਬਿਲਕੁਲ ਬਿਲਕੁਲ ਲੋਕ ਘਟ ਸਾਥ ਦਿੰਦੇ ਨੇ ਕਿਉਂਕਿ ਲੋਕ ਹੱਸਦੇ ਨੂੰ ਵੇਖ ਨਹੀਂ ਸਕਦੇ ਰੋਂਦੇ ਨੂੰ ਰੋਂਦੇ ਦਾ ਸਾਥ ਨਹੀਂ ਦਿੰਦੇ ਤੇ ਹੱਸਦੇ ਨੂੰ ਕੋਈ ਵੇਖ ਨਹੀਂ ਸਕਦੇ ਪਰ ਇਹ ਵੀ ਤੁਸੀਂ ਆਪਣੇ ਆਪ ਤੁਹਾਨੂੰ ਹਿੰਮਤ ਉਹ ਕਰਨੀ ਪੈਂਦੀ ਹੈ ਮੈਂ ਤਾਂ ਜੌਬ ਦੇ ਨਾਮ ਨਾਲ ਦੇਖੋ ਜੌਬ ਵੀ ਕੀਤੀ ਐ ਚਲੋ ਬੜੀ ਸ਼ਾਨਦਾਰ ਮੈਨੂੰ ਜੌਬ ਮਿਲ ਗਈ ਬੜੀ ਇੱਜ਼ਤ ਵਾਲੀ ਜੌਬ ਸੀ ਨਾ ਹੋਈ ਹੁੰਦੀ ਫੇਰ ਵੀ ਕੁਝ ਕਰਦੀ ਫੇਰ ਵੀ ਕਰਨਾ ਸੀਗਾ ਹਿੰਮਤ ਤਾਂ ਤੁਹਾਨੂੰ ਕਰਨੀ ਪੈਂਦੀ ਐ ਕਿਉਂਕਿ ਤੁਹਾਡਾ ਦੁੱਖ ਆਪਣਾ ਓਹ ਕੋਈ ਨਹੀਂ ਵੰਡਾਂਦਾ ਉਹ ਤੁਹਾਨੂੰ ਆਪਣਾ ਦੁੱਖ ਆਪਣੇ ਨਾਲ ਹੀ ਤੁਹਾਡੇ ਚੱਲਦਾ ਤੇ ਆਪਣੀ ਹਿੰਮਤ ਦੇ ਨਾਲ ਹੀ ਤੁਸੀਂ ਕਰਨਾ ਪੈਂਦਾ ਠੀਕ ਐ ਤੇ ਫਰੀ ਐ ਵੀ ਤੁਸੀਂ ਬੱਚਿਆਂ ਨੂੰ ਪਾਲਣ ਵਾਸਤੇ ਮੈਂ ਜੋਬ ਤਾਂ ਕਰਦੀ ਸੀਗੀ ਮੈਂ ਉਹਦੇ ਨਾਲ ਹੋਰ ਵੀ ਬੜੀ ਮਿਹਨਤ ਕੀਤੀ ਹੈ ਮੈਂ ਆਰਟੀਕਲਸ ਵੀ ਲਿਖਦੀ ਰਹੀਆਂ ਮੇਰੇ ਆਰਟੀਕਲਸ ਛਪਦੇ ਵੀ ਰਹੇ ਨੇ ਉਹਦੇ ਵੀ ਮੈਨੂੰ ਪੈਸੇ ਮਿਲਦੇ ਫਿਰ ਯੂਨੀਵਰਸਿਟੀ ਦੇ ਵਿੱਚ ਹੋਰ ਤੁਹਾਨੂੰ ਪਤਾ ਬੜੇ ਅਕੈਡੈਮਿਕ ਵਰਕਸ ਹੁੰਦੇ ਨੇ ਪੇਪਰ ਮਾਰਕਿੰਗ ਹੁੰਦੀ ਹੈ ਉੱਤੇ ਐਗਜ਼ਾਮੀਨੇਸ਼ਨ ਡਿਊਟੀਆਂ ਹੁੰਦੀਆਂ ਨੇ ਮੈਂ ਉਹ ਹੀ ਦਿੰਦੀ ਰਹੀਆਂ ਤਾਕੀ ਮੈਨੂੰ ਉਹਦੇ ਪੈਸੇ ਵੀ ਮਿਲਦੇ ਸੀ ਕਿਉਂਕਿ ਫ੍ਰੀ ਕੰਮ ਤਾਂ ਕੋਈ ਵੀ ਨਹੀਂ ਹੁੰਦਾ ਐਗਜ਼ਾਮੀਨੇਸ਼ਨ ਡਿਊਟੀ ਦੇ ਪੈਸੇ ਮਿਲ ਜਾਂਦੇ ਸੀ ਪੇਪਰ ਮਾਰਕਿੰਗ ਬਹੁਤ ਪੇਪਰ ਮਾਰਕਿੰਗ ਕੀਤੀ ਹੈ ਬਲਕਿ ਲੋਕ ਮੇਰਾ ਮਜ਼ਾਕ ਉਡਾਂਦੇ ਸੀ ਕਈ ਵਾਰੀ ਕਿ ਜੇ ਕਿਸੇ ਨੂੰ ਪੇਪਰ ਮਾਰਕਿੰਗ ਦੇ ਵਿੱਚ 골ਡ ਮੈਡਲ ਦਿਓ ਨਾ ਤੇ ਮੰਜੂ ਵਰਮਾ ਨੂੰ ਮਿਲਣਾ ਚਾਹੀਦਾ ਹੈ ਇਹਨੇ ਇੰਨੇ ਪੇਪਰ ਮਾਰਕ ਕੀਤੇ ਨੇ ਤੇ ਕਦੀ ਕਿਸੇ ਨੇ ਮਜ਼ਾਕ ਬੜੇ ਸੀਨੀਅਰ ਪ੍ਰੋਫੈਸਰ ਮਜ਼ਾਕ ਕਰਨਾ ਕਿ ਮੰਜੂ ਵਰਮਾ ਨੇ ਇੰਨੇ ਪੇਪਰ ਚੈੱਕ ਕੀਤੇ ਨੇ ਕਿ ਉਹਨੇ 60000 ਦਾ ਫ੍ਰੀਜ ਖਰੀਦਿਆ ਤੇ ਇਦਾਂ ਦੇ ਮਜ਼ਾਕ ਉਹ ਤਾਂ ਜਿਹੜੇ ਮੈਨੂੰ ਲੱਗਦਾ ਸੀਗਾ ਕਿ ਲੋਕ ਐਪਰੀਸ਼ੀਏਟ ਕਰਨ ਦੀ ਬਜਾਏ ਇਦਾਂ ਦੀਆਂ ਗੱਲਾਂ ਕਰਦੇ ਨੇ ਇੰਨੀ ਹਉੱਚੀਆਂ ਗੱਲਾਂ ਕਰਦੇ ਨੇ ਮੈਨੂੰ ਇਹ ਸੁਣ ਕੇ ਬੜੀ ਹੈਰਾਨੀ ਹੁੰਦੀ ਸੀ ਅੱਛਾ ਚਲੋ ਮੈਂ ਅਗਰ ਪੇਪਰ ਮਾਰਕ ਕਰ ਰਹੀ ਆ ਇੱਕ ਤੇ ਦੇਖੋ ਮੈਂ ਯੂਨੀਵਰਸਿਟੀ ਨੂੰ ਆਪਣੀਆਂ ਬੈਟਰ ਸਰਵਿਸਿਜ਼ ਦੇ ਰਹੀ ਆ ਮੈਂ ਇੰਨੀ ਕੁਆਲੀਫਾਈਡ ਮੈਂ ਪੀ ਐਚ ਡੀ ਕਰ ਚੁੱਕੀ ਸੀ ਮੈਂ 1990 ਦੇ ਵਿੱਚ ਪੀ ਐਚ ਡੀ ਕਰ ਲਈ ਸੀ ਤੇ ਮੈਂ ਪੀ ਐਚ ਡੀ ਕਰਕੇ ਮੈਂ ਅਗਰ ਯੂਨੀਵਰਸਿਟੀ ਦਾ ਕੰਮ ਕਰ ਰਹੀ ਆ ਉਹਨਾਂ ਦੇ ਪੇਪਰ ਮਾਰਕਿੰਗ ਕਰ ਰਹੀ ਆ ਤੇ ਮੈਂ ਉਹਨਾਂ ਨੂੰ ਬੈਟਰ ਸਰਵਿਸਿਜ਼ ਦੇ ਰਹੀ ਆ ਕਿ ਮੈਂ ਇਮਾਨਦਾਰੀ ਨਾਲ ਪੇਪਰ ਮਾਰਕ ਕਰਨਾ ਕੋਈ ਆਸਾਨ ਨਹੀਂ ਹੁੰਦਾ ਤੁਹਾਡੀ ਪਿੱਛ ਟੁੱਟ ਜਾਂਦੀ ਹੈ ਸਵੇਰੇ ਤੁਸੀਂ ਸ਼ੁਰੂ ਕਰੋ ਸ਼ਾਮ ਤੱਕ ਪੇਪਰ ਚੈੱਕ ਕਰੋ ਕੋਈ ਆਸਾਨ ਕੰਮ ਨਹੀਂ ਹੁੰਦਾ ਤੇ ਤੁਸੀਂ ਪੇਪਰ ਚੈੱਕ ਕਰਦੇ ਹੋ ਤੁਸੀਂ ਉਹਨਾਂ ਨੂੰ ਆਪਣੀਆਂ ਸਰਵਿਸਿਜ਼ ਦਿੰਦੇ ਹੋ ਤੇ ਉਹ ਨਹੀਂ ਉਹਨਾਂ ਨੂੰ ਸਮਝ ਆਉਂਦੀ ਸੀ ਵੀ ਇਹ ਆਪਣੀਆਂ ਸਰਵਿਸਿਜ਼ ਦੇ ਰਹੀ ਹੈ ਕਿ ਵੀ ਦੱਸੋ ਮੈਂ ਕੀ ਗੁਨਾਹ ਕਰ ਰਹੀ ਹਾਂ ਮਜ਼ਾਕ ਕਰਦੇ ਸੀ ਅੱਛਾ ਕਈ ਵਾਰੀ ਮੈਨੂੰ ਮੈਂ ਉਹ ਤੇ ਸਮਾਜ ਦੇ ਨਾਲ ਮੈਨੂੰ ਥੋੜਾ ਜਿਹਾ ਕਈ ਵਾਰੀ ਗਿਲਾ ਵੀ ਹੁੰਦਾ ਕੋਈ ਤੁਹਾਡੇ ਨਾਲ ਕੋਆਪਰੇਟ ਨਹੀਂ ਕਰਦਾ ਤਾਨੂੰ ਆਪਣੇ ਆਪ ਹੀ ਆਪਣਾ ਦੁੱਖ ਹਟਾਣਾ ਪੈਂਦਾ ਹੈ। ਕਈ ਵਾਰੀ ਮੈਨੂੰ ਕਹਿ ਦਿੰਦੇ ਸੀ ਕਿ ਤੂੰ ਐਨੇ ਪੇਪਰ ਚੈੱਕ ਕਰਕੇ ਕੀ ਕਰੇਂਗੀ? ਐਨੇ ਪੈਸੇ ਦਾ ਕੀ ਕਰੇਂਗੀ? ਮੈਂ ਕਿਹਾ ਜੋ ਤੁਸੀਂ ਕਰੋਗੇ ਉਹ ਮੈਂ ਕਰਾਂਗੀ। ਉਹ ਕਹਿੰਦੇ ਅਸੀਂ ਤੇ ਸੈਰ ਕਰਨ ਚਲੇ ਜਾਵਾਂਗੇ, ਘੁਮਣ ਫਿਰਨ ਚਲੇ ਜਾਵਾਂਗੇ। ਤੂੰ ਤੇ ਸੈਰ ਕਰਨ ਜਾਣਾ ਨਹੀਂ। ਮੈਂ ਕਿਹਾ ਵੀ ਤੁਸੀਂ ਹਸਬੰਡ ਵਾਈਫ ਹੋ ਸੈਰ ਕਰਨ ਜਾ ਸਕਦੇ ਮੈਂ ਇਕੱਲੀ ਕਿੱਥੇ ਜਾਵਾਂ? ਮਤਲਬ ਲੋਕ ਬੋਲਣ ਲੱਗੇ ਸੋਚਦੇ ਨਹੀਂ ਹੈਗੇ। ਵੀ ਤੁਸੀਂ ਮੈਨੂੰ ਇਹ ਤਾਣਾ ਦੇ ਰਹੇ ਹੋ। ਤੁਸੀਂ ਇਹ ਤਾਂ ਸੋਚੋ ਕੀ ਵੀ ਮੈਂ ਇਕੱਲੀ ਕਿੱਥੇ ਕਿਵੇਂ ਜਾਵਾਂਗੀ ਤੁਸੀਂ ਸੋਚ ਕੇ ਬੋਲੋ ਸੋਚ ਕੇ ਨਹੀਂ ਬੋਲਦੇ ਬਸ ਉਹਨਾਂ ਨੂੰ ਇਹ ਸਮਝ ਆ ਜਾਂਦੀ ਸੀ ਕਿ ਇਹ ਪੇਪਰ ਮਾਰਕਿੰਗ ਕਰ ਰਹੀ ਹੈ ਇਹ ਪੈਸੇ ਬਣਾ ਰਹੀ ਹੈ ਯੂਨੀਵਰਸਿਟੀ ਤੋਂ ਵੀ ਇਹਨੂੰ ਅੱਛੀ ਤਨਖਾਹ ਮਿਲ ਰਹੀ ਹੈ ਤੇ ਪੇਪਰ ਮਾਰਕਿੰਗ ਕਿਉਂਕਿ ਯੂਨੀਵਰਸਿਟੀ ਨੇ ਜਿਹੜੇ ਯੂਨੀਵਰਸਿਟੀ ਦਾ ਆਫਿਸ ਹੈ ਉਹਨਾਂ ਨੇ ਮੇਰਾ ਬੜਾ ਮਾਣ ਕੀਤਾ ਮੈਨੂੰ ਯੂਨੀਵਰਸਿਟੀ ਦੇ ਆਫਿਸ ਤੋਂ ਕੋਈ ਗਿਲਾ ਨਹੀਂ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਯੂਨੀਵਰਸਿਟੀ ਦੇ ਜਿਹੜਾ ਸੀਕਰੈਸੀ ਡਿਪਾਰਟਮੈਂਟ ਸੀ ਜਾਂ ਜਿਹੜੇ ਵੀ ਯੂਨੀਵਰਸਿਟੀ ਦੇ ਆਫੀਸ਼ੀਅਲ ਸੀਗੇ ਉਹਨਾਂ ਨੇ ਹਮੇਸ਼ਾ ਮੇਰੇ ਕੰਮ ਦਾ ਮਾਣ ਕੀਤਾ ਉਹਨਾਂ ਨੂੰ ਪਤਾ ਸੀ ਵੀ ਮੈਂ ਬੜੀ ਇਮਾਨਦਾਰੀ ਨਾਲ ਕੰਮ ਕਰਦੀ ਆ ਉਹਨਾਂ ਨੇ ਮੈਨੂੰ ਕੰਮ ਖੁੱਲੇ ਆਮ ਦਿੱਤਾ ਵੀ ਠੀਕ ਹੈ ਮੈਡਮ ਤੁਸੀਂ ਕਰ ਰਹੇ ਹੋ ਆਓ ਤੁਸੀਂ ਆ ਕੇ ਪੇਪਰ ਮਾਰਕਿੰਗ ਕਰੋ ਚਾਹੀ 50 ਰੁਪਏ ਦੀ ਵੀ ਡਿਊਟੀ ਹੁੰਦੀ ਸੀ ਮੈਂ 50 ਰੁਪਏ ਦੀ ਡਿਊਟੀ ਵੀ ਕਰਨ ਚਲੀ ਜਾਂਦੀ ਸੀਗੇ ਤੁਸੀਂ ਇਮੇਜਿਨ ਨਹੀਂ ਕਰੋਗੇ 50 ਰੁਪਏ ਦੀ ਡਿਊਟੀ ਮੈਨੂੰ ਹੱਸਦੇ ਸੀਗੇ ਕਿ 50 ਰੁਪਏ ਦਾ ਕੀ ਕਰਾਂਗੀ ਮੈਂ ਕਿਹਾ ਕੋਈ ਗੱਲ ਨਹੀਂ ਕਮ ਸੇ ਕਮ ਚੀਨੀ ਆ ਜਾਏਗੀ ਘਰ ਦੇ ਵਿੱਚ ਮੇਰੇ ਦੁੱਧ ਦਾ ਪੈਕੇਟ ਆ ਜਾਏਗਾ ਕੋਈ ਗੱਲ ਨਹੀਂ ਚਾ ਬਣ ਜਾਏਗੀ ਮੈਂ ਕੰਮ ਹੀ ਕਰ ਰਹੀ ਹਾਂ ਨਾ ਮਿਹਨਤ ਕਰ ਰਹੀ ਹਾਂ ਫਿਰ ਕੀ ਹੋ ਗਿਆ ਉਥੇ ਮੈਂ ਕਦੀ ਕਿਸੇ ਦੀ ਮਜ਼ਾਕ ਦਾ ਉਹਨੂੰ ਮੈਂ ਪਰਵਾਹ ਨਹੀਂ ਕੀਤੀ ਮੈਂ ਕੰਮ ਜ਼ਰੂਰ ਕੀਤਾ ਲੇਕਿਨ ਮੈਂ ਇਮਾਨਦਾਰੀ ਦਾ ਕੰਮ ਕੀਤਾ ਔਰ ਮੇਰੇ ਘਰ ਦੇ ਵਿੱਚ ਕਦੀ ਵੀ ਕੋਈ ਇਹੋ ਜਿਹਾ ਪੈਸਾ ਨਹੀਂ ਆਇਆ ਜਿਹੜਾ ਕੋਈ ਕਹਦੇ ਕਿ ਅਸੀਂ ਇਹਨੂੰ ਖਰਾਤ ਵਿੱਚ ਦਿੱਤਾ ਹੈ ਜਾਂ ਸਾਡੇ ਕੋਲੋਂ ਇਹਨੇ ਮੰਗਿਆ ਮੇਰੇ ਕੋਲ ਹਰ ਇੱਕ ਪੈਸਾ ਘਰ ਦੇ ਵਿੱਚ ਇਮਾਨਦਾਰੀ ਦਾ ਸੀ ਤੁਸੀਂ ਇੱਥੋਂ ਤੱਕ ਹੀ ਮੈਂ ਪੰਜਾਬ ਸਕੂਲ এডੂਕੇਸ਼ਨ ਬੋਰਡ ਦਾ ਕਈ ਸਾਲ ਕੰਮ ਕਰਦੀ ਰਹੀਆਂ ਮੇਰੀਆਂ 5 ਕਿਤਾਬਾਂ ਚਲਦੀਆਂ ਰਹੀਆਂ ਨੇ ਜਿਹੜੀਆਂ ਪੰਜਾਬ ਦੇ ਸਕੂਲਾਂ ਦੇ ਵਿੱਚ ਚਲਦੀਆਂ ਰਹੀਆਂ ਨੇ 6ਵੀਂ ਦੀ ਕਿਤਾਬ ਲਿਖੀ 7ਵੀਂ ਦੀ ਕਿਤਾਬ ਮੈਂ ਇੰਡੀਪੈਂਡੈਂਟਲੀ ਲਿਖੀ 8ਵੀਂ 9ਵੀਂ 10ਵੀਂ ਦੇ ਵਿੱਚ ਜਿਹੜੀਆਂ ਕਿਤਾਬਾਂ ਸੀ ਉਹਨਾਂ ਦਾ ਜਿਹੜਾ ਹਿਸਟਰੀ ਪੋਰਸ਼ਨ ਸੀ ਉਹਦੇ ਵਿੱਚ ਮੇਰੀ ਹਾਫ ਕੰਟ੍ਰਿਬਿਊਸ਼ਨ ਸੀ ਉਹਨਾਂ ਦੇ ਪੰਜਾਬ ਸਕੂਲ এডੂਕੇਸ਼ਨ ਬੋਰਡ ਦੀ ਮੈਂ ਉਹਨਾਂ ਦੀ ਬੋਰਡ ਆਫ ਸਟੱਡੀਆਂ ਦੀ ਮੈਂਬਰ ਵੀ ਰਹੀ ਆ ਮੇਰਾ ਬੜਾ ਮਾਣ ਕੀਤਾ ਹਰ ਲਾਲ ਸਿੰਘ ਸੀ ਉਸ ਵੇਲੇ ਅਕੈਡੈਮਿਕ ਡਾਇਰੈਕਟਰ ਬੜਾ ਮਾਣ ਕਰਦੇ ਸੀਗੇ ਸਪੈਸ਼ਲੀ ਕਹਿੰਦੇ ਸੀ ਮੈਡਮ ਤੋਂ ਕਿਤਾਬਾਂ ਲਿਖਵਾਓ ਕਹਿੰਦੇ ਮੈਡਮ ਕਿਤਾਬਾਂ ਬਹੁਤ ਅੱਛੀਆਂ ਲਿਖਦੇ ਨੇ ਇਹਨਾਂ ਤੋਂ ਕੰਮ ਕਰਾਓ ਮੈਂ ਉਹਨਾਂ ਦੀ ਪੰਜਾਬੀ ਚ ਵੀ ਲਿਖੀ ਕਿਤਾਬ ਹਿੰਦੀ ਚ ਵੀ ਟ੍ਰਾਂਸਲੇਟ ਕੀਤੀ ਉਹਦੇ ਵੀ ਮੈਨੂੰ ਰਾਇਲਟੀ ਮਿਲਦੀ ਰਹੀ ਮਤਲਬ ਮੇਰੀ ਇਨਕਮ ਸਪਲੀਮੈਂਟ ਹੁੰਦੀ ਰਹੀ ਫਿਰ ਉਹਨਾਂ ਦੀ ਉਹਨਾਂ ਨੇ ਮੈਨੂੰ ਉੱਥੇ ਹੈੱਡ ਐਗਜ਼ਾਮੀਨਰ ਵੀ ਕਈ ਸਾਲ ਬਣਾਈ ਰੱਖਿਆ ਤੇ ਮੈਂ ਆਪਣੇ ਘਰ ਦੇ ਵਿੱਚ ਜਿਹੜੀ ਇਨਕਮ ਹੈ ਉਹ ਸਪਲੀਮੈਂਟ ਕਰਦੀ ਰਹੀ ਅਦਰ than my salary ਉਹ ਤਾਂ ਮੈਂ ਕੋਈ ਨਾ ਕੋਈ ਮਿਹਨਤ ਦਾ ਕੰਮ ਕਰਦੀ ਰਹੀ ਆ ਮੈਨੂੰ ਸੈਲਰੀ ਵੀ ਮਿਲਦੀ ਰਹੀ ਤੇ ਮੈਂ ਜਿਹੜਾ ਖਾਲੀ ਟਾਈਮ ਹੁੰਦਾ ਸੀਗਾ ਉਸ ਵੇਲੇ ਮੈਂ ਕੋਈ ਨਾ ਕੋਈ ਆਰਟੀਕਲ ਲਿਖ ਲੈਣਾ ਆਰਟੀਕਲ ਛਪਦੇ ਰਹੇ ਜਾਗਰਤੀ 'ਚ ਮੇਰੇ ਆਰਟੀਕਲ ਛਪੇ ਨੇ ਐਡਵਾਂਸ ਵਿੱਚ ਮੇਰੇ ਆਰਟੀਕਲ ਛਪੇ ਨੇ ਅਖਬਾਰਾਂ ਵਿੱਚ ਛਪੇ ਨੇ ਫਿਰ ਰੇਡੀਓ ਸਟੇਸ਼ਨ ਦੇ ਵਿੱਚ ਵੀ ਮੇਰੀਆਂ ਟਾਕਸ ਆਉਂਦੀਆਂ ਰਹੀਆਂ ਕੋਈ ਨਾ ਕੋਈ ਕਿਸੇ ਨਾ ਕਿਸੇ ਕੰਮ ਦੇ ਵਿੱਚ ਮੈਂ ਆਪਣੇ ਆਪ ਨੂੰ ਇਨਵੋਲਡ ਰੱਖਿਆ ਨਾਲ ਮੈਨੂੰ ਦੇ ਪੈਸੇ ਵੀ ਮਿਲਦੇ ਰਹੇ ਕਿ ਚਲੋ ਮੇਰੇ ਬੱਚਿਆਂ ਨੂੰ ਹੈਲਪ ਹੋ ਜਾਂਦੀ ਸੀਗੀ ਉਸ ਤੋਂ ਬਾਅਦ ਜਿਵੇਂ 1981 ਚ ਉਹਨਾਂ ਦੀ ਡੈਥ ਹੁੰਦੀ ਆ 90 ਚ ਤੁਸੀਂ ਪੀ ਐਚ ਡੀ ਕਰ ਲੈਂਦੇ ਹੋ ਤਾਂ ਜਿਹੜੀ ਚੁਆਇਸ ਸੀਗੀ ਵੀ ਐਦਾਂ ਮਤਲਬ ਇਨ ਲੌਥੀ ਰਹਿਣਾ ਇਹ ਆਪਣੀ ਸੀ ਜਾਂ ਇਹ ਸੀਗਾ ਕਿ ਇਨ ਲੌਜ਼ ਵੱਲੋਂ ਹੀ ਸੀਗਾ ਕਿ ਤੁਸੀਂ ਨਹੀਂ ਸਾਡੇ ਕੋਲ ਹੀ ਰਹੇ ਜਾਂ ਤੁਸੀਂ ਉਸ ਤੋਂ ਬਾਅਦ ਸੈਪਰੇਟ ਰਹੇ ਨੇ ਮੈਂ ਸੈਪਰੇਟ ਵੀ ਰਹੀ ਨਾਲ ਵੀ ਰਹੀ ਕੋਈ ਇਹੋ ਜੀ ਮਤਲਬ ਕੋਈ ਮਾੜਾ ਨਹੀਂ ਕੀਤਾ ਉਹਨਾਂ ਨੇ ਮੈਨੂੰ ਉਹਨਾਂ ਦੇ ਨਾਲ ਕੋਈ ਗਿਲਾ ਨਹੀਂ ਹੈ ਤੇ ਉਹਨਾਂ ਨੇ ਅੱਛਾ ਕੋਆਪਰੇਟ ਕੀਤਾ ਜਿਸ ਸਮੇਂ ਮੈਂ ਬੱਚਿਆਂ ਨੂੰ ਪੜਨ ਵਾਸਤੇ ਹਾਇਰ ਐਜੂਕੇਸ਼ਨ ਦਾ ਜਦੋਂ ਵਕਤ ਆਇਆ ਤੇ ਮੇਰੇ ਫਾਦਰੋਂ ਲੋ ਫਿਰ ਕਰਦੇ ਸੀਗੇ ਡਿਸਕਸ ਕਰਦੇ ਸੀ ਵੀ ਕੀ ਪੜਾਣਾ ਹੈ ਬੱਚਿਆਂ ਨੂੰ ਕਿੱਥੇ ਦਾਖਲ ਕਰਾਣਾ ਹੈ ਹੈਲਪ ਕਰਦੇ ਸੀ ਇਹੋ ਜੀ ਗੱਲ ਨਹੀਂ ਹੈ ਬੇਟੀ ਨੂੰ ਜਦੋਂ ਕਰਾਣਾ ਸੀ ਤਾਂ ਵੀ ਉਹਨਾਂ ਨੇ ਹੈਲਪ ਕੀਤੀ ਹਾਂ ਮੈਂ ਇਕਨੋਮਿਕਲੀ ਹੈਲਪ ਨਹੀਂ ਲਿੱਤੀ ਕਿਸੇ ਦੀ ਲੇਕਿਨ ਵੈਸੇ ਉਹ ਮੋਰਲੀ ਮੇਰੀ ਹੈਲਪ ਜ਼ਰੂਰ ਕਰਦੇ ਸੀ ਮੇਰੇ ਨਾਲ ਵੀ ਖੜੇ ਹੁੰਦੇ ਸੀ ਤੇ ਜਦੋਂ ਮੈਂ ਵਿਆਹ ਸ਼ਾਦੀ ਵੀ ਕੀਤੀ ਹੈ ਬੱਚਿਆਂ ਦੀ ਤਾਂ ਉਹਨਾਂ ਦੀ ਸਲਾਹ ਨਾਲ ਹੀ ਕੀਤੀ ਹੈ ਹਾਂਜੀ ਮੈਂ ਇਹੀ ਸਵਾਲ ਪੁੱਛਣਾ ਚਾਹੁੰਦੀ ਸੀ ਕਿ ਜਿਵੇਂ ਤੁਸੀਂ ਕਿਹਾ ਐਜੂਕੇਸ਼ਨ ਉਹਨਾਂ ਨੂੰ ਤੁਸੀਂ ਬਹੁਤ ਵਧੀਆ ਦਿੱਤੀ ਹੈ ਨਾ ਬਹੁਤ ਤੁਸੀਂ ਇੰਡੀਪੈਂਡੈਂਟ ਸੀ ਤਾਂ ਕੋਈ ਇਹੋ ਜੀ ਗੱਲ ਨਹੀਂ ਸੀ ਵੀ ਤੁਸੀਂ ਫੀਸ ਨਹੀਂ ਭਰ ਸਕਦੇ ਸੀ ਜਾਂ ਬੱਚਿਆਂ ਨੇ ਲਾਇਕ ਸੀ ਕਿ ਤੁਸੀਂ ਖੁਦ ਅਸਰ ਰਹੇ ਕਿ ਉਹਨਾਂ ਦੀਆਂ ਫੀਸਾਂ ਵਾਪੇ ਸਾਲ ਜਾਂਦੀਆਂ ਸੀ ਫੀਸਾਂ ਮਾਫ ਹੋ ਜਾਂਦੀਆਂ ਸੀ ਬਹੁਤ ਸਾਰੇ ਪਾਲ ਇਹੋ ਜਿਹੇ ਹੁੰਦੇ ਆ ਵੀ ਜਦੋਂ ਲੱਗਦਾ ਹੁੰਦਾ ਬੱਚਿਆਂ ਨੂੰ ਵੀ ਤੇ ਤੁਹਾਨੂੰ ਵੀ ਕਿ ਇੱਕ ਫਾਦਰ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਹਨਾ ਨਹੀਂ ਲੱਗਦਾ ਸੀ ਹਰ ਵੇਲੇ ਲੱਗਦਾ ਸੀ ਕਿਉਂਕਿ ਜਿਵੇਂ ਮੇਰੀ ਬੇਟੀ ਦਾ ਰੈਂਕ ਬਹੁਤ ਅੱਛਾ ਆਇਆ ਤੇ ਉਹ ਜਦੋਂ ਉਹਨੇ ਉਹਦਾ ਸੀਟੀ ਦਾ ਐਗਜ਼ਾਮ ਦਿੱਤਾ 올 ਇੰਡੀਆ ਲੈਵਲ ਦਾ ਤੇ ਉਹਦਾ ਰੈਂਕ ਬਹੁਤ ਅੱਛਾ ਸੀ ਪਰ ਉਹ ਨੀਚੋਂ ਦੇਖ ਰਹੀ ਸੀ ਅਖਬਾਰ ਚ ਇਹ ਕੰਦੀ ਕੀ ਮम्मा ਮੇਰਾ ਤਾਂ ਰੋਲ ਨੰਬਰ ਹੀ ਨਹੀਂ ਹੈਗਾ ਮੈਂ ਕਿਹਾ ਨਹੀਂ ਤੂੰ نیچے ਕਿਉਂ ਦੇਖ ਰਹੀ ਹੈਂ ਉੱਪਰ ਦੇਖ ਹਾਂਜੀ ਕੰਦੀ ਨਹੀਂ ਹੈ ਹੀ ਨਹੀਂ ਰੋਲ ਨੰਬਰ ਰੋਣ ਲੱਗ ਗਈ ਮੈਂ ਕਿਹਾ ਨਹੀਂ ਨਹੀਂ ਉੱਪਰ ਦੇਖ ਫਿਰ ਉੱਪਰ ਦੇਖਿਆ ਉੱਪਰ ਉਹਦਾ ਰੋਲ ਨੰਬਰ ਸੀਗਾ ਤੇ ਕਿਉਂਕਿ ਉਹ ਐਕਸਪੈਕਟ ਨਹੀਂ ਸੀ ਕਾਰੀ ਵੀ ਮੇਰਾ ਬਹੁਤ ਅੱਛਾ ਰੈਂਕ ਆਏਗਾ ਮੇਰੀ ਫੀਸ ਮੈਂ ਉੱਥੇ ਕਾਲਜ ਵਿੱਚ ਜਦੋਂ ਜਾਵਾਂਗੀ ਉਹਦੇ ਉੱਥੇ ਮੇਰਾ ਟੌਪ ਰੈਂਕ ਹੋਏਗਾ ਉਹਦਾ ਸਾਰੀ ਸਟੂਡੈਂਟਸ ਵਿੱਚ ਉਹ ਟੌਪ ਰੈਂਕ ਸੀ ਉਹਦੀ ਫੀਸ ਟੋਟਲੀ ਰਿਫੰਡ ਹੋ ਗਈ ਤੇ ਤੇ ਇਹੋ ਜਿਹੇ ਪਲ ਜਦੋਂ ਬੱਚਾ ਨੂੰ ਦਾਖਲ ਕਰਾਣਾ ਪੜ ਕੇ ਆਣਾ ਫਿਰ ਜੌਬ ਜੁਆਇਨ ਕਰਨੀ ਫੀਲ ਤਾਂ ਕਰੀਦਾ ਸੀ ਕਿ ਜੇ ਇਹਨਾਂ ਦੇ ਪਾਪਾ ਹੁੰਦੇ ਕਿੰਨੇ ਖੁਸ਼ ਹੁੰਦੇ ਹਾਂਜੀ ਫਿਰ ਜਦੋਂ ਮੈਰिजਿਸ ਕੀਤੀਆਂ ਫਿਰ ਵੀ ਉਹਨਾਂ ਦੀ ਕਮੀ ਤਾਂ ਹਰ ਵੇਲੇ ਮਹਿਸੂਸ ਹੋਈ ਹੈ ਹਾਂਜੀ ਅਗਰ ਸਾਡੇ ਪਰਿਵਾਰਾਂ ਚ ਵੀ ਕਈ ਵਾਰੀ ਜਦੋਂ ਕਿਸੇ ਦਾ ਐਵੇਂ ਦਾ ਕੁਛ ਘਟਨਾ ਵਾਪਰੀ ਹੁੰਦੀ ਹੈ ਤਾਂ ਅਕਸਰ ਦੇਖੀਦਾ ਕਿ ਵਿਆਹ ਟਾਈਮ ਜ਼ਰੂਰ ਮਤਲਬ ਔਰਤਾਂ ਯਾਦ ਕਰਦੀਆਂ ਨੇ ਵੀ ਅੱਜ ਜੇਕਰ ਇਹਨਾਂ ਦੇ ਫਾਦਰ ਹੁੰਦੇ ਹੋ ਸਕਦਾ ਇਸ ਤੋਂ ਵਧੀਆ ਲੱਭ ਲੈਂਦੇ ਜਾਂ ਮੈਂ ਇਸ ਤੋਂ ਵਧੀਆ ਸੀ ਇਹਨਾਂ ਲਈ ਕਰਦੇ ਹਨ ਪਰ ਤੁਸੀਂ ਜਿਵੇਂ ਪਹਿਲਾਂ ਦੱਸ ਰਹੇ ਸੀ ਕਿ ਤੁਹਾਡੀ ਬੇਟੀ ਤਾਈ ਵੀ ਨਹੀਂ ਸਿਚਾਉਂਦੀ ਵੀ ਤੁਸੀਂ ਉਹਨੂੰ ਦਾਜ ਜਾਂ ਕੁਝ ਇਹੋ ਜਿਹਾ ਗਿਫਟ ਵੀ ਕੋਈ ਉਹਨੂੰ ਦਵੋ ਕਿਉਂਕਿ ਉਹਨਾਂ ਨੇ ਤੁਹਾਡੀ ਬਹੁਤ ਮਿਹਨਤ ਜਿਹੜੀ ਜ਼ਿੰਦਗੀ ਦੀ ਕਰਦੇ ਹੋਏ ਤੁਹਾਨੂੰ ਦੇਖਿਆ ਸੀ ਹਨ ਤਾਂ ਇਹ ਬਹੁਤ ਚੰਗੀ ਚੀਜ਼ ਹੈ ਕਿ ਜੇ ਕੁਦਰਤ ਨੇ ਤੁਹਾਡੇ ਤੋਂ ਇੱਕ ਚੀਜ਼ ਖੋਈ ਆ ਤਾਂ ਉਹਦੇ ਬਦਲੇ ਦੋ ਬਹੁਤ ਪਿਆਰੇ ਬੱਚੇ ਜਿਹੜੇ ਹਮੇਸ਼ਾ ਤੁਹਾਡੀ سپورਟ ਬਣੇ ਉਹ ਤੁਹਾਨੂੰ ਮਿਲੇ ਹੈ ਨਾ ਤੁਸੀਂ ਮੈਮ ਇੰਡੀਪੈਂਡੈਂਟ ਸੀਗੇ ਤਾਂ ਸਾਰਿਆਂ ਨੂੰ ਲੱਗਦਾ ਹੁੰਦਾ ਕਿ ਸ਼ਾਇਦ ਜ਼ਿੰਦਗੀ ਉਨੀ ਔਖੀ ਨਹੀਂ ਹੋਊ ਜਿੰਨੀ ਔਖੀ ਹੈ ਜਿਹੜੀ ਉਹਨਾਂ ਔਰਤਾਂ ਦੀ ਹੋ ਜਾਂਦੀ ਹੈ ਜਿਹੜੀਆਂ ਨਾ ਤਾਂ ਪੜੀਆਂ ਲਿਖੀਆਂ ਹੁੰਦੀਆਂ ਨੇ ਨਾ ਉਹਨਾਂ ਕੋਲ ਖੁਦ ਕੋਈ ਕਮਾਈ ਦਾ ਸਾਧਨ ਹੁੰਦਾ ਹੈ ਨਾ ਤਾਂ ਉਹਨਾਂ ਔਰਤਾਂ ਦੀ ਜਿਹੜੀ ਸਥਿਤੀ ਉਹ ਅੱਜ ਵੀ ਉਵੇਂ ਦੀ ਹੈ ਜਿਵੇਂ ਦੀ ਤੁਸੀਂ 40 ਸਾਲ ਪਹਿਲਾਂ ਫੇਸ ਕੀਤੀ ਹੈ ਨਾ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜੇ ਜ਼ਿੰਦਗੀ ਦੇ ਵਿੱਚ ਕੁਝ ਇਹੋ ਜਿਹਾ ਵਾਪਰ ਜਾਵੇ ਹੈ ਤਾਂ ਦੇਖੋ ਪੜ੍ਹਨਾ ਲਿਖਣਾ ਤਾਂ ਬਹੁਤ ਜ਼ਰੂਰੀ ਹੈ ਚਲੋ ਜੇ ਜੇ ਇਹੋ ਜੀ ਸਿਚੁਏਸ਼ਨ ਆ ਗਈ ਹੈ ਕਿਸੇ ਔਰਤ ਦੇ ਨਾਲ ਕਿ ਉਹ ਪੜ੍ਹੀ ਲਿਖੀ ਨਹੀਂ ਹੈ ਇੱਕ ਤੇ ਮੈਂ ਇਹ ਮੇਰਾ ਮੈਸੇਜ ਹੋਏਗਾ ਕਿ ਅੱਗੋਂ ਬੱਚਿਆਂ ਨੂੰ ਜ਼ਰੂਰ ਪੜ੍ਹਾਣ ਚਾਹੇ ਉਹ ਕਿਸੇ ਗਵਰਨਮੈਂਟ ਸਕੂਲ 'ਚ ਵੀ ਪੜ੍ਹਾਣ ਜਿੱਥੇ ਵੀ ਉਹ ਅਫੋਰਡ ਕਰ ਸਕਦੇ ਨੇ ਜ਼ਰੂਰ ਉਹਨਾਂ ਨੂੰ ਪੜ੍ਹਾਣ ਗਵਰਨਮੈਂਟ ਸਕੂਲ ਵੀ ਅੱਜਕੱਲ ਬਹੁਤ ਅੱਛੇ ਨੇ ਬੱਚਾ ਆਪ ਜੇ ਪੜ ਕੇ ਨਿੱਖੜ ਜਾਂਦਾ ਹੈ ਮਿਹਨਤ ਕਰਦਾ ਹੈ ਤੇ ਗਵਰਨਮੈਂਟ ਸਕੂਲ ਵੀ ਇਕੁਅਲੀ ਅਸੀਂ ਵੀ ਤਾਂ ਗਵਰਨਮੈਂਟ ਸਕੂਲਾਂ ਤੋਂ ਪੜੇ ਆ ਮੈਂ ਮੈਂ ਤਾਂ ਬਹੁਤ ਹੀ ਆਰਡੀਨਰੀ ਸਕੂਲ ਤੋਂ ਪੜੀ ਆ ਅਸੀਂ ਤਾਂ ਟਾਟ ਵਾਲੇ ਸਕੂਲਾਂ ਤੋਂ ਪੜਦੇ ਸੀਗੇ ਤੇ ਪੜ ਕੇ ਯੂਨੀਵਰਸਿਟੀ 'ਚ ਮੈਂ ਪ੍ਰੋਫੈਸਰ ਰਿਟਾਇਰ ਹੋਈ ਆ ਇਹੋ ਜੀ ਕੋਈ ਗੱਲ ਨਹੀਂ ਹੈ ਪਰ ਇਹ ਵੀ ਜੇ ਕੋਈ ਔਰਤ ਚਾਵੇ ਤਾਂ ਕੁਝ ਵੀ ਕੋਈ ਵੀ ਕੰਮ ਕਰ ਸਕਦੀ ਆ ਅੱਜਕੱਲ੍ਹ ਤੇ ਕਾਟੇਜ ਇੰਡਸਟਰੀ ਦੇ ਨਾਲ ਐਸੋਸੀਏਟਿਡ ਬਹੁਤ ਇਹੋ ਜਿਹੇ ਕੰਮ ਨੇ ਜਿਹੜੇ ਉਹ ਥੋੜੀ ਜਿਹੀ ਉਹ ਹਿੰਮਤ ਕਰੇ ਤੇ ਅੱਜਕੱਲ੍ਹ ਤੇ ਜਿੱਸਾ ਹੁਣ ਪਿੰਡਾਂ ਦੇ ਵਿੱਚ ਵੀ ਔਰਤਾਂ ਸਰਪੰਚ ਬਣੀਆਂ ਹੋਈਆਂ ਨੇ ਉਹਨਾਂ ਦੀ ਉਹ ਹੈਲਪ ਲੈ ਸਕਦੀਆਂ ਨੇ ਕੋਈ ਨਾ ਕੋਈ ਆਪਣਾ ਰੋਜ਼ਗਾਰ ਸ਼ੁਰੂ ਕਰ ਸਕਦੀਆਂ ਨੇ ਕਿਸੇ ਦੀ ਥੋੜੀ ਬਹੁਤ ਸਰਪੰਚ ਦੀ ਜਾਂ ਕਿਸੇ ਆਫੀਸ਼ੀਅਲ ਦੀ ਕੋਈ ਮਦਦ ਲੈ ਕੇ ਡਿਸਟ੍ਰਿਕਟ ਲੈਵਲ ਦੇ ਉੱਤੇ ਜਾਂ ਤਹਿਸੀਲ ਲੈਵਲ ਦੇ ਉੱਤੇ ਕਿਸੇ ਦੀ ਮਦਦ ਲੈ ਕੇ ਕੋਈ ਰੋਜ਼ਗਾਰ ਸ਼ੁਰੂ ਕਰ ਸਕਦੇ ਨੇ ਅੱਜ ਕੱਲ ਐਨ ਜੀਓਜ਼ ਬੜੀਆਂ ਨੇ ਉਹਨਾਂ ਦੀ ਮਦਦ ਲੈ ਸਕਦੀਆਂ ਨੇ ਕੋਈ ਸਲਾਈ ਦਾ ਕੰਮ ਸ਼ੁਰੂ ਕਰ ਸਕਦੀਆਂ ਨੇ ਬੁਟੀਕ ਖੋਲ ਸਕਦੀਆਂ ਨੇ ਕੋਈ ਨਿਟਿੰਗ ਸਟੀਚਿੰਗ ਦਾ ਕੋਈ ਕੰਮ ਸ਼ੁਰੂ ਕਰ ਸਕਦੀਆਂ ਨੇ ਹੋਰ ਨਹੀਂ ਔਰਤਾਂ ਨੂੰ ਦੇਖੋ ਔਰਤਾਂ ਨੂੰ ਕੋਈ ਨਾ ਕੋਈ ਕੰਮ ਜ਼ਰੂਰ ਆਂਦਾ ਹੁੰਦਾ ਹੁੰਦਾ ਕਦੀ ਵੀ ਕੋਈ ਵੀ ਔਰਤ ਇਹੋ ਜੀ ਨਹੀਂ ਹੋਏਗੀ ਕਿ ਜਿਹੜੀ ਥੋੜੀ ਬਹੁਤ ਵੀ ਸਕਿਲਡ ਨਾ ਹੋਵੇ ਆਚਾਰ ਮਰਬੇ ਬਣਾਣੇ ਆਉਂਦੇ ਹੁੰਦੇ ਨੇ ਐਸੀ ਗੱਲ ਨਹੀਂ ਆਚਾਰ ਮਰਬੇ ਸ਼ੁਰੂ ਕਰ ਸਕਦੀਆਂ ਨੇ ਕਿੱਥੋਂ ਨਾ ਕਿੱਥੋਂ ਤਾਂ ਸ਼ੁਰੂਆਤ ਕਰਨੀ ਪਏਗੀ ਥੋੜੀ ਜੀ ਸ਼ੁਰੂਆਤ ਕਰਨ ਤੇ ਕਿੱਥੇ ਨਾ ਕਿੱਥੇ ਉਹ ਪਹੁੰਚ ਸਕਦੀਆਂ ਨੇ ਇਹੋ ਜੀ ਕੋਈ ਗੱਲ ਨਹੀਂ ਥੋੜੀ ਜੀ ਹਿੰਮਤ ਕਰਨ ਦੀ ਉਹ ਹੈ ਤੇ ਅਗਰ ਉਹ ਹਿੰਮਤ ਕਰਦੀਆਂ ਨੇ ਤੇ ਉਹ ਜ਼ਰੂਰ ਸਕਸੈਸਫੁਲ ਹੋ ਸਕਦੀਆਂ ਨੇ ਠੀਕ ਹੈ ਤੇ ਕੋਈ ਵੀ ਰੋਜ਼ਗਾਰ ਸ਼ੁਰੂ ਕਰ ਸਕਦੀਆਂ ਨੇ ਕੋਈ ਏਮਬਰਾਇਡਰੀ ਦਾ ਕੰਮ ਸ਼ੁਰੂ ਕਰ ਸਕਦੀਆਂ ਨੇ ਬਹੁਤ ਕੰਮ ਨੇ ਇਹੋ ਜੀ ਕੋਈ ਉਹ ਨਹੀਂ ਹੈ এমব্রয়ਡਰੀ ਕਰ ਲੈਣ ਕੋਈ ਸਟਿਚਿੰਗ ਦਾ ਕਰ ਲੈਣ ਕੋਈ ਸਾਰੀਆਂ ਨੂੰ ਫੌਲ ਲਗਾਉਣ ਦਾ ਕੰਮ ਕਰ ਲੈਣ ਤੇ ਇਹੋ ਜੀ ਬੜੇ ਕੰਮ ਨੇ ਜਿਹੜੀਆਂ ਔਰਤਾਂ ਘਰਾਂ ਚ ਬੈਠੇ ਕਰ ਸਕਦੀਆਂ ਨੇ ਜਾਂ ਜਿਸ ਤਰ੍ਹਾਂ ਟਿਫਨ ਸਰਵਿਸ ਹੈ ਅੱਜ ਕੱਲ ਟਿਫਨ ਸਰਵਿਸ ਬੜੀ ਫੇਮਸ ਹੋਈ ਹੋਈ ਹੈ ਟਿਫਨ ਸਰਵਿਸ ਕਰ ਸਕਦੀਆਂ ਨੇ ਘਰ ਦਾ ਖਾਣਾ ਬਣਾਉਣਾ ਤਾਂ ਔਰਤਾਂ ਨੂੰ ਆਂਦਾ ਹੀ ਹੁੰਦਾ ਤੇ ਟਿਫਨ ਸਰਵਿਸ ਤਾਂ ਬਹੁਤ ਅੱਜ ਕੱਲ ਫੇਮਸ ਹੋਈ ਹੋਈ ਹੈ ਤੇ ਮੈਂ ਦੇਖਿਆ ਕਿ ਸ਼ਹਿਰਾਂ ਦੇ ਵਿੱਚ ਤਾਂ ਬੱਚੇ ਜਿਹੜੇ ਪੜਨ ਵਾਸਤੇ ਆਉਂਦੇ ਨੇ ਉਹ ਇਕੱਲੇ ਘਰਾਂ 'ਚ ਰਹਿ ਰਹੇ ਨੇ ਇਕੱਠੇ 3-3 4-4 ਸਟੂਡੈਂਟ ਮਿਲ ਕੇ ਘਰ ਰੈਂਟ ਆਊਟ ਕਰ ਲੈਂਦੇ ਨੇ ਤੇ ਉੱਥੇ ਉਹਨਾਂ ਨੂੰ ਡਿਫਰੈਂਸ ਸਪਲਾਈ ਕਰ ਸਕਦੇ ਨੇ ਆਫੀਸਿਸ ਵਿੱਚ ਡਿਫਰੈਂਸ ਸਪਲਾਈ ਕਰ ਸਕਦੇ ਨੇ ਨਾਲੇ ਤਾਂ ਗਰਮ ਖਾਣਾ ਮਿਲੇਗਾ ਅਗਲੇ ਨੂੰ ਤੇ ਨਾਲੇ ਉਹਨਾਂ ਦੀ ਰੋਜ਼ੀ-ਰੋਟੀ ਬਣੇਗੀ ਥੋੜੀ ਜੀ ਦੇਖੋ ਕਿੱਥੋਂ ਨਾ ਕਿੱਥੋਂ ਤਾਂ ਸ਼ੁਰੂਆਤ ਕਰਨੀ ਪੈਣੀ ਹੈ ਹਿੰਮਤ ਕਰਨੀ ਪੈਣੀ ਹੈ ਸੋ ਇਹ ਤਾਂ ਤੁਹਾਡਾ ਉਹ ਹੈ ਕਿ ਤੁਸੀਂ ਤੁਹਾਡੀ ਵਿਲ ਪਾਵਰ ਹੈ ਕਿ ਤੁਸੀਂ ਆਪ ਆਪਣੇ ਆਪ ਪੈਰਾਂ ਤੇ ਖੜੇ ਹੋਣ ਵਾਸਤੇ ਤੁਸੀਂ ਸਮਾਜ ਨਾਲ ਕਿਵੇਂ ਲੜਨਾ ਹੈ ਇਹ ਵੀ ਇੱਕ ਲੜਾਈ ਹੈ ਤੁਹਾਡੀ ਸਮਾਜ ਨਾਲ ਸਮਾਜ ਕੁਝ ਵੀ ਕਹਿੰਦਾ ਰਹੇ ਉਹ ਤਾਂ ਕਹਿਣਗੇ ਲੋਕ ਤਾਂ ਜੋ ਮਰਜ਼ੀ ਕਹਿੰਦੇ ਨਾਲ ਤੁਸੀਂ ਉਹਨਾਂ ਨੂੰ ਨਹੀਂ ਸੁਣਨਾ ਤੁਸੀਂ ਆਪਣੀ ਇੱਜ਼ਤ ਨੂੰ ਬਚਾ ਕੇ ਰੱਖਣਾ ਹੈ ਔਰ ਤੁਸੀਂ ਐਕਸਪਲੋਇਟੇਸ਼ਨ ਤੋਂ ਬਚ ਕੇ ਰਹਿਣਾ ਇਹ ਵੀ ਬੜਾ ਜ਼ਰੂਰੀ ਹੈ ਕਿਉਂਕਿ ਜੇ ਔਰਤ ਆਤਮ ਨਿਰਭਰ ਨਹੀਂ ਹੁੰਦੀ ਤੇ ਕਈ ਵਾਰੀ ਉਹਨੂੰ ਕਿਸੇ ਨਾ ਕਿਸੇ ਐਕਸਪਲੋਇਟੇਸ਼ਨ ਦਾ ਸ਼ਿਕਾਰ ਹੋਣਾ ਪੈਂਦਾ ਤੇ ਉੱਥੇ ਉਹ ਆਪਣਾ ਬਚਾਅ ਕਰ ਸਕਦੀ ਹੈ ਜੇ ਉਹ ਚਾਵੇ ਕੋਈ ਨਾ ਕੋਈ ਕੰਮ ਸ਼ੁਰੂ ਕਰ ਸਕਦੀ ਹੈ ਥੋੜੇ ਬਹੁਤ ਔਖਾਈਆਂ ਤਾਂ ਜ਼ਰੂਰ ਆਣਗੀਆਂ ਲੇਕਿਨ ਹਾਲੀ ਵਾਲੇ ਕੰਮ ਸੈੱਟ ਹੋ ਜਾਏਗਾ ਤਾਂ ਔਖਾਈਆਂ ਦੂਰ ਹੁੰਦੀਆਂ ਜਾਣਗੀਆਂ ਕੋਈ ਨਾ ਕੋਈ ਸਕੀਮਸ ਵੀ ਮਿਲ ਜਾਣਗੀਆਂ ਐਨ ਜੀਓਜ਼ ਕੋਲ ਕੋਈ ਸਕੀਮ ਹੋਣਗੀਆਂ ਉਹਨਾਂ ਨਾਲ ਵੀ ਉਹ ਗੱਲਬਾਤ ਕਰ ਸਕਦੇ ਨੇ ਤੇ ਉਹ ਹੈਲਪ ਕਰ ਸਕਦੇ ਨੇ ਵੀ ਤੁਸੀਂ ਆਪਣੇ ਪੈਰਾਂ ਤੇ ਕਿਵੇਂ ਖੜੇ ਹੋ ਹਾਂ ਤੇ ਬਾਕੀ ਬੱਚਿਆਂ ਨੂੰ ਪਾਲਣਾ ਫਿਰ ਉਹਨਾਂ ਨੂੰ ਜੇ ਬੱਚਿਆਂ ਨੂੰ ਇਹ ਲੱਗੇਗਾ ਕਿ ਸਾਡੀ ਮਾਂ ਜਿਹੜੀ ਹੈ ਉਹ ਬੜੀ ਮਿਹਨਤ ਕਰ ਰਹੀ ਹੈ ਉਹਨਾਂ ਦੇ ਉੱਤੇ ਵੀ ਕਿਉਂਕਿ ਜੇ ਤੁਸੀਂ ਉਹਨਾਂ ਨੂੰ ਕਹਿੰਦੇ ਜਿੱਦਾਂ ਦਾ ਤੁਸੀਂ ਅੰਨ ਖਵਾਓਗੇ ਉਦਾਂ ਦਾ ਉਹਨਾਂ ਦਾ ਬੱਚਿਆਂ ਦਾ ਮਨ ਬਣ ਜਾਏਗਾ ਹੈ ਨਾ ਤੇ ਉਹਨਾਂ ਦੀ ਵੀ ਜਿਹੜੀ ਮਾਨਸਿਕ ਜਿਹੜੀ ਹੋਇਆ ਸਥਿਤੀ ਹੈ ਉਹ ਬਿਹਤਰ ਹੋਏਗੀ ਕਿਉਂਕਿ ਬੱਚਿਆਂ ਨੂੰ ਪਤਾ ਲੱਗੇਗਾ ਵੀ ਸਾਡੇ ਮਾਂ ਜਿਹੜੀ ਹੈ ਉਹ ਬੜੀ ਮਿਹਨਤ ਕਰਕੇ ਸਾਨੂੰ ਰੋਟੀ ਖਵਾ ਰਹੀ ਹੈ ਵੈਸੇ ਮੈਂ ਤੁਹਾਨੂੰ ਇੱਥੇ ਇੱਕ ਹੋਰ ਵੀ ਗੱਲ ਦੱਸਣੀ ਆ ਜਦੋਂ ਸਾਡੀ ਆਪਣੀ ਮੈਰਿਜ ਹੋਈ ਸੀ ਹਾਲਾਂਕਿ ਮੇਰੇ ਹਸਬੰਡ ਆਈਪੀਐਸ ਆਫੀਸਰ ਸੀਗੇ ਸਵਰਪੇ ਦੇ ਵਿੱਚ ਸਾਡੀ ਅੰਗੇਜਮੈਂਟ ਹੋਈ ਸੀ ਉਸ ਜ਼ਮਾਨੇ ਦੇ ਵਿੱਚ ਅੱਛਾ ਜੀ 81 ਤੇ ਦੇਖੋ ਸਾਡੀ ਮੈਰਿ ਸੌਰੀ 77 ਤੇ ਸਾਡੀ ਮੈਰਿਜ ਹੋਈ ਹੈ ਤੇ ਸਵਰਪੇ ਦੇ ਵਿੱਚ ਸਾਰੇ ਮੱਲੇ ਵਾਲੇ ਲੋਕ ਹੈਰਾਨ ਹੋ ਗਏ ਵੀ ਬਿਨਾਂ ਡੌਰੀ ਤੋਂ ਸ਼ਾਦੀ ਹੋ ਰਹੀ ਹੈ ਜਦੋਂ ਕਿ ਉਦੋਂ ਉਹਨਾਂ ਦੇ ਨਾਲ ਦੇ ਜਿਹੜੇ ਆਈਪੀਐਸ ਆਫੀਸਰ ਸੀ ਗੱਡੀਆਂ ਲੈ ਰਹੇ ਸੀਗੇ ਬੰਗਲੇ ਲੈ ਰਹੇ ਸੀਗੇ ਦਾਦ ਵਿੱਚ ਉਹਨਾਂ ਨੇ ਕੁਝ ਵੀ ਨਹੀਂ ਲਿੱਤਾ ਸ਼ਾਇਦ ਇਹ ਵੀ ਇੱਕ ਰੱਬ ਦਾ ਉਹ ਸੀ ਕਿ ਉਹਨਾਂ ਨੇ ਵੀ ਕੁਝ ਨਹੀਂ ਲਿੱਤਾ ਤੇ ਮੈਂ ਵੀ ਜਦੋਂ ਬੇਟੀ ਦਾ ਵਿਆਹ ਕੀਤਾ ਉਹਨਾਂ ਦੀ ਕੋਈ ਡਿਮਾਂਡ ਨਹੀਂ ਸੀ ਕਿ ਵੀ ਸਾਨੂੰ ਕੁਝ ਦਿਓ ਮੈਂ ਆਪਣੀ ਮਰਜ਼ੀ ਨਾਲ ਦਿੱਤਿਆ ਜੋ ਦਿੱਤਾ ਆਪਣੀ ਬੇਟੀ ਨੇ ਅੱਛੀ ਸ਼ਾਦੀ ਕੀਤੀ ਆ ਮੈਂ ਆਪਣੀ ਬੇਟੀ ਨੂੰ ਕਿਉਂਕਿ ਮੈਂ ਉਹਦੇ ਵਾਸਤੇ ਜਮ੍ਹਾਂ ਰੱਖਿਆ ਹੋਇਆ ਸੀ ਮੈਂ ਇਕੁਐਲਿਟੀ 'ਚ ਵਿਸ਼ਵਾਸ ਕਰਦੀ ਆ ਜੈਂਡਰ ਇਕੁਐਲਿਟੀ 'ਚ ਵਿਸ਼ਵਾਸ ਕਰਦੀ ਆ ਤੇ ਮੈਂ ਉਹਦੇ ਵਾਸਤੇ ਰੱਖਿਆ ਸੀ ਮੈਂ ਉਹਨੂੰ ਆਪਣੀ ਮਰਜ਼ੀ ਨਾਲ ਦਿੱਤਾ ਪਰ ਉਹਨਾਂ ਨੇ ਕੋਈ ਡਿਮਾਂਡ ਨਹੀਂ ਕੀਤੀ ਵੀ ਸਾਨੂੰ ਇਹ ਚੀਜ਼ ਦਿਓ ਜਾਂ ਇਹ ਚੀਜ਼ ਦਿਓ ਕੋਈ ਐਵੀ ਗੱਲ ਨਹੀਂ ਸੀ ਕੀ ਕਰਦੇ ਨੇ ਬੱਚੇ ਹੁਣ ਇਸ ਟਾਈਮ ਮੇਰੀ ਬੇਟੀ ਪੈਕ ਦੇ ਵਿੱਚ ਪੜਾਉਂਦੀ ਹੈ ਲੈਕਚਰਰ ਹੈ ਤੇ ਬੇਟਾ ਮੇਰਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਹੈ ਦੋਨੋਂ ਬੱਚਿਆਂ ਨੇ ਪੀ ਐਚ ਡੀ ਕੀਤੀ ਹੋਈ ਹੈ ਬੇਟਾ ਤੇ ਮੇਰਾ ਹੋਰ ਵੀ ਉਹਨੇ ਉੱਥੋਂ ਬੋਸਟਨ ਤੋਂ ਜਿਹੜਾ ਐਮ ਆਈਟੀ ਹੈ ਉੱਥੋਂ ਨੇ ਪੋਸਟ ਡਾਕਟਰੇਟ ਕੀਤੀ ਹੈ ਮੇਰੀ ਡਾਟਰ ਨੂੰ ਵੀ ਪੋਸਟ ਡਾਕਟਰੇਟ ਹੈ ਸਾਰੇ ਸੀ ਵੀ ਆਰ ਆਲ ਕੁਆਲੀਫਾਈਡ ਤੇ ਮੇਰੇ ਜਿਹੜੇ ਸਨ ਇਨ ਲਾ ਨੇ ਉਹ ਟਾਪਰ ਨੇ ਟੈਕ ਦੇ ਤੇ ਐਮ ਵੀ ਕੀਤੀ ਹੋਈ ਹੈ ਉਹਨਾਂ ਨੇ ਐਮ ਵੀ ਮਾਸਟਰਸ ਕੀਤੀ ਹੈ ਇੰਜੀਨੀਅਰਿੰਗ ਵਿੱਚ ਤੇ ਉਹਨਾਂ ਦਾ ਆਪਣਾ ਬਿਜ਼ਨਸ ਹੈ ਮੈਂ ਇਹ ਸਫਰ ਨੂੰ ਮੁਕੰਮਲ ਤਾਂ ਨਹੀਂ ਕਹੂੰਗੀ ਕਿਉਂਕਿ ਕਿਸੇ ਇੱਕ ਜੀ ਦਾ ਜਾਣਾ ਹੈ ਨਾ ਪਰਿਵਾਰ ਚੋਂ ਮਤਲਬ ਉਸ ਕਰਨ ਨੂੰ ਕਦੇ ਮੁਕੰਮਲ ਨਹੀਂ ਕਿਹਾ ਜਾ ਸਕਦਾ ਪਰ ਫਿਰ ਵੀ ਇਸ ਸਟੇਜ ਤੇ ਸੰਤੁਸ਼ਟੀ ਹੈ ਕਿ ਮੈਂ ਜਿੰਨਾ ਕਰ ਸਕਦੀ ਸੀ ਉਹਨਾ ਕੀਤਾ ਜਾਂ ਫਿਰ ਜਿੰਨੇ ਹੌਸਲੇ ਨਾਲ ਜ਼ਿੰਦਗੀ ਨੂੰ ਜਿਉਆ ਜਾ ਸਕਦਾ ਸੀ ਉਹ ਪੂਰਾ ਕੀਤਾ ਹੈ ਦੇਖੋ ਮੈਂ ਆਪਣੇ ਹਸਬੰਦ ਦੀ ਜਿਹੜੀ ਮੇਰੇ ਜਿਹੜੀ ਹਸਬੰਦ ਦੀ ਕਮੀ ਹੈ ਉਹ ਤੇ ਕੋਈ ਨਹੀਂ ਪੂਰੀ ਕਰ ਸਕਦਾ ਕਦੀ ਪੂਰੀ ਨਹੀਂ ਹੋ ਸਕਦੀ ਹੁਣ ਜੇ ਉਹ ਹੁਣ ਇਸ ਵੇਲੇ ਜੇ ਜਿਉਂਦੇ ਹੁੰਦੇ ਤੇ ਉਹ ਯੂਪੀ ਤੋਂ ਡੀਜੀਪੀ ਰਿਟਾਇਰ ਹੁੰਦੇ ਕਿੰਨੀ ਵੱਡੀ ਪੋਸਟ ਹੁੰਦੀ ਡੀਜੀਪੀ ਰਿਟਾਇਰ ਹੁੰਦੇ ਸਾਡੀ ਲਾਈਫ ਦਾ ਜਿਹੜਾ ਆ ਰੂਪਰੇਖਾ ਹੈ ਜਾਂ ਪੈਟਰਨ ਹੈ ਉਹ ਕੁਝ ਹੋਰ ਹੁੰਦਾ ਮੇਰੇ ਬੱਚਿਆਂ ਦੀ ਵੀ ਲਾਈਫ ਕੁਝ ਹੋਰ ਹੁੰਦੀ ਫਰਕ ਹੁੰਦਾ ਮੇਰੀ ਵੀ ਜ਼ਿੰਦਗੀ ਬੜੀ ਬਿਹਤਰ ਹੁੰਦੀ ਤੇ ਜਿਹੜਾ ਮੈਂ ਜ਼ਿੰਦਗੀ ਦੇ ਇਹਨਾਂ ਸਾਲਾਂ ਦਾ ਸਟਰਗਲ ਕੀਤਾ ਉਹ ਮੈਨੂੰ ਸਟਰਗਲ ਵੀ ਨਾ ਕਰਨਾ ਪੈਂਦਾ ਤੇ ਪਰ ਹੁਣ ਕੀ ਜਿਹੜੀ ਰੱਬ ਨੇ ਸਾਡੇ ਨਾਲ ਇਨਜਸਟਿਸ ਕੀਤਾ ਜੋ ਵੀ ਹੈ ਜਾਂ ਮੇਰੀ ਬਦਕਿਸਮਤੀ ਕਹਿ ਲਓ ਕਿ ਮੇਰੀ ਕਿਸਮਤ ਦੇ ਵਿੱਚ ਉਹਨਾਂ ਦਾ ਸਾਥ ਨਹੀਂ ਸੀਗਾ ਜਾਂ ਜਿਹੜੀ ਉਹਨਾਂ ਦੀ ਇੱਕ ਆਈਪੀਐਸ ਸਰਵਿਸ ਸੀਗੀ ਐਨੀ ਵੱਡੀ ਜਿਹੜੀ ਸਰਵਿਸ ਸੀ ਕਿਉਂਕਿ ਮੈਂ ਹੁਣ ਕਈਆਂ ਨੂੰ ਦੇਖਦੀ ਆ ਜਦੋਂ ਮੈਂ ਮੈਂ ਪੈਦਲ ਤੁਰਦੀ ਰਹੀ ਆ ਹਾਂਜੀ ਹਮੇਸ਼ਾ ਪੈਦਲ ਤੁਰਦੀ ਰਹੀ ਆ ਮੇਰੇ ਕੋਲ ਕੋਈ ਵਹੀਕਲ ਨਹੀਂ ਸੀਗਾ ਅੱਛਾ ਜੀ ਕਿਉਂਕਿ ਆਪ ਮੈਨੂੰ ਚਲਾਣਾ ਆਇਆ ਨਹੀਂ ਤੇ ਡਰਾਈਵਰ ਮੈਂ ਅਫੋਰਡ ਨਹੀਂ ਕਰ ਸਕੀ ਹਾਂ ਤੇ ਪੈਦਲ ਤੁਰਦੀ ਰਹੀ ਆ ਕਈ ਵਾਰੀ ਮੈਂ ਦੇਖਦੀ ਸੀ ਮੇਰੇ ਕੋਲੋਂ ਦੀ ਲੋਕ ਲੰਘ ਕੇ ਚਲੇ ਜਾਂਦੇ ਸੀਗੇ ਕਈ ਵਾਰੀ ਤਾਂ ਕੋਈ ਗੱਡੀ ਰੋਕ ਲੈਂਦਾ ਸੀਗਾ ਕਿ ਵੀ ਆਓ ਮੈਂ ਤੁਹਾਨੂੰ ਲਿਫਟ ਦੇ ਦੇਣਾ ਜਾਂ ਦੇ ਦਿੰਨੀ ਆ ਕੋਈ ਲੇਡੀ ਕਹ ਕੋਈ ਕੁਲੀਕ ਕਹ ਦਿੰਦੀ ਸੀ ਕਈ ਵਾਰੀ ਮੈਂ ਦੇਖਿਆ ਕਿ ਕੋਈ ਜੜੀਆਂ ਬਹੁਤ ਵੱਡੀਆਂ ਆਫੀਸਰਸ ਦੀਆਂ ਵਾਈਫ ਸਿਗੀਆਂ ਯੂਨੀਵਰਸਿਟੀ ਦੇ ਵਿੱਚ ਉਹ ਕਈ ਵਾਰੀ ਇਦਾਂ ਸ਼ੋਅ ਕਰਦੇ ਸੀ ਵੀ ਜਿੱਦਾਂ ਮੈਂ ਤਾਂ ਕਦੀ ਕੁਝ ਵੇਖਿਆ ਹੀ ਨਹੀਂ ਹੁੰਦਾ ਫਿਰ ਉਸ ਉਸ ਮੂਮੈਂਟ ਤੇ ਤੁਹਾਨੂੰ ਲੱਗਦਾ ਕਿ ਤੁਸੀਂ ਤੁਹਾਡੇ ਨਾਲ ਰੱਬ ਨੇ ਬੜਾ ਇਨਜਸਟਿਸ ਕੀਤਾ ਇਨਜਸਟਿਸ ਤਾਂ ਰੱਬ ਨੇ ਕੀਤਾ ਹੀ ਹੈ ਬਹੁਤ ਵੱਡਾ ਇਨਜਸਟਿਸ ਕੀਤਾ ਕਿ ਜੇ ਨਾ ਜਾਂਦੇ ਤਾਂ ਮੈਂ ਕਿੱਥੇ ਮੈਂ ਵੀ ਅੱਜ ਡੀਜੀਪੀ ਦੀ ਵਾਈਫ ਹੁੰਦੀ ਮੈਂ ਤਾਂ ਕਿਸੇ ਨੂੰ ਦੱਸ ਵੀ ਨਹੀਂ ਸਕਦੀ ਕਿ ਮੇਰੇ ਹਸਬੰਦ ਡੀਜੀਪੀ ਹੁੰਦੇ ਕਿਨੂੰ ਕਿਨੂੰ ਤੁਸੀਂ ਦੱਸੋਗੇ ਜਾਂ ਕੀ ਦੱਸੋਗੇ ਤੇ ਮਤਲਬ ਜਦੋਂ ਮੈਂ ਪੈਦਲ ਤੁਰ ਕੇ ਉਧਰ ਉਧਰ ਜਾਂਦੀਆਂ ਜਾਂ ਕਿੱਥੇ ਯੂਨੀਵਰਸਿਟੀ 'ਚ ਮੈਂ ਜਾਣਾ ਤੇ ਕਿਉਂਕਿ ਮੈਂ ਬੜੀ ਸਿੰਪਲ ਲਾਈਫ ਲੀਡ ਕੀਤੀ ਤੁਹਾਨੂੰ ਮੈਂ ਦੱਸਿਆ ਵੀ ਸ਼ੁਰੂ ਸ਼ੁਰੂ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਵੀ ਇਹ ਤਾਂ ਵਿੱਡੋ ਲੱਗਦੀ ਨਹੀਂ ਤੇ ਮੈਨੂੰ ਫਿਰ ਉਸ ਵੇਲੇ ਦੁੱਖ ਵੀ ਹੁੰਦਾ ਸੀਗਾ ਗੁੱਸਾ ਵੀ ਆਉਂਦਾ ਸੀ ਕਿ ਵੀ ਮੈਂ ਕੀ ਆਪਣੇ ਪਿੱਛੇ ਦੇ ਪਿੱਛੇ ਲੇਬਲ ਲਗਾ ਲਵਾ ਆਈ ਐਮ ਅ ਵਿਡੋ ਲੇਬਲ ਲਗਾ ਲਵਾ ਤੇ ਜਿੱਦ ਮੈਂ ਬੜੀ ਬਹੁਤ ਅੱਛੀ ਲਾਈਫ ਲੀਡ ਕਰਨ ਦੀ ਸ਼ੌਕੀਨ ਸੀਗੀ ਮੈਨੂੰ ਬਹੁਤ ਅੱਛਾ ਲੱਗਦਾ ਸੀ ਇੱਥੋਂ ਤੱਕ ਕਿ ਮੈਂ ਆਪਣੇ ਬਾਲਾਂ ਦੇ ਵਿੱਚ ਫੁੱਲ ਲਗਾਉਣ ਦੀ ਵੀ ਮੈਂ ਬੜੀ ਸ਼ੌਕੀਨ ਸੀਗੀ ਮੈਂ ਹਮੇਸ਼ਾ ਬਾਲਾਂ ਦੇ ਵਿੱਚ ਫੁੱਲ ਲਗਾ ਕੇ ਰੱਖਦੀ ਸੀ ਤੇ ਲੋਕ ਮਜ਼ਾਕ ਕਰਦੇ ਸੀਗੇ ਮੈਂ ਪਰਵਾਹ ਨਹੀਂ ਕੀਤੀ ਫਿਰ ਮੈਂ ਹੌਲੀ ਹੌਲੀ ਛੱਡ ਦਿੱਤਾ ਸਭ ਕੁਝ ਛੱਡ ਦਿੱਤਾ ਫਿਰ ਮੈਂ ਬਹੁਤ ਹੀ ਸਿੰਪਲ ਲਾਈਫ ਲੀਡ ਕਰਨੀ ਸ਼ੁਰੂ ਕਰ ਦਿੱਤੀ ਮੈਂ ਸਭ ਛੱਡਤਾ ਬੜਾ ਮੈਨੂੰ ਦੁੱਖ ਵੀ ਹੁੰਦਾ ਸੀਗਾ ਪਰ ਠੀਕ ਹੈ ਕਿਉਂਕਿ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਨਾ ਮੈਨੂੰ ਬੁਰਾ ਲੱਗਦਾ ਸੀ ਵੀ ਇਹ ਕਿਉਂ ਇਦਾਂ ਦੀਆਂ ਗੱਲਾਂ ਬੋਲਦੇ ਨੇ ਇਹਨੇ ਪੜੇ ਲਿਖੇ ਲੋਕ ਨੇ ਇਦਾਂ ਦੀਆਂ ਗੱਲਾਂ ਕਿਉਂ ਕਰਦੇ ਨੇ ਮੈਂ ਫਿਰ ਜਾਣਾ ਵੀ ਛੱਡਤਾ ਲੋਕਾਂ ਨੂੰ ਮਿਲਣਾ ਵੀ ਛੱਡਤਾ ਮੈਂ ਆਪਣੇ ਆਪ ਦੇ ਵਿੱਚ ਹੀ ਜ਼ਿਆਦਾ ਬਿਜ਼ੀ ਰਹੀ ਵੀ ਘਰੋਂ ਯੂਨੀਵਰਸਿਟੀ ਉੱਥੇ ਆਪਣਾ ਜੌਬ ਦਾ ਜਿਹੜਾ ਕੰਮ ਉੱਥੇ ਟਾਈਮ ਹੋ ਕਰਨਾ ਤੇ ਬਾਕੀ ਟਾਈਮ ਜਿਹੜਾ ਕਿ ਲਿਖਣ ਪੜਨ ਦਾ ਕੰਮ ਕਰਨਾ ਯਾ ਕੋਈ ਪੇਪਰ ਚੈੱਕ ਕਰਨ ਦਾ ਕੰਮ ਕਰਨਾ ਜਾਂ ਕਿਤੇ ਡਿਊਟੀ ਦੇਣ ਦਾ ਕੰਮ ਕਰਨਾ ਵੀ ਜਿੱਥੋਂ ਮੈਨੂੰ 4 ਪੈਸੇ ਮਿਲ ਸਕਣ ਮੈਂ ਉਹ ਕੰਮ ਕਰਨਾ ਹਾਂਜੀ ਵੀ ਆਪਣਾ ਟਾਈਮ ਵੀ ਮੇਰਾ ਪਾਸ ਹੋ ਜਾਣਾ ਤੇ ਨਾਲੇ ਮੈਨੂੰ ਪੈਸੇ ਵੀ ਮਿਲਣੇ ਠੀਕ ਹੈ ਮੈਂ ਮਿਹਨਤ ਕਰਦੀ ਸੀਗੀ ਮੈਂ ਲੋਕਾਂ ਨੂੰ ਮਿਲਣਾ ਛੱਡ ਦਿੱਤਾ ਮੈਂ ਕਿਹਾ ਵੀ ਕੀ ਕੋਈ ਫਾਇਦਾ ਨਹੀਂ ਲੋਕਾਂ ਨੂੰ ਮਿਲਣ ਦਾ ਜੇ ਲੋਕਾਂ ਨੇ ਮਜ਼ਾਕ ਹੀ ਕਰਨਾ ਤੇ ਫਾਇਦਾ ਕੀ ਨਹੀਂ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਇੱਕ ਕਹਾਵਤਾਂ ਨੇ ਜਿਹੜੀਆਂ ਹਮੇਸ਼ਾ ਸਮਾਜ ਚੋਂ ਬਣਦੀਆਂ ਨੇ ਲੋਕ ਕਹਿੰਦੇ ਨੇ ਕਿ ਆਪਣਾ ਦੁੱਖ ਕਿਸੇ ਨੂੰ ਨਾ ਦੱਸੋ ਹਨਾ ਤੁਹਾਨੂੰ ਦਿਲਾਸਾ ਬਹੁਤ ਘੱਟ ਲੋਕ ਦੇਣਗੇ ਪਰ ਲੂਣ ਆ ਜਿਹੜਾ ਹਰ ਘਰ ਚ ਹੁੰਦਾ ਛਿਰਕਣ ਵਾਲੇ ਬਹੁਤ ਹੁੰਦੇ ਆ ਪਰ ਫਿਰ ਵੀ ਤੁਹਾਡਾ ਇੱਕ ਹੌਸਲਾ ਸੀ ਕਿ ਤੁਸੀਂ ਜ਼ਿੰਦਗੀ ਨੂੰ ਅੱਜ ਇਸ ਸਟੇਜ ਤੇ ਹਨ ਜਦੋਂ ਪਿੱਛੇ ਮੁੜ ਕੇ ਦੇਖਦੇ ਹੋਵੋਗੇ ਤਾਂ ਆਪਣੀ ਮਿਹਨਤ ਤੇ ਵੀ ਫਕਰ ਕਰਦੇ ਹੋਵੋਗੇ ਬੱਚਿਆਂ ਨੂੰ ਕਾਮਯਾਬ ਦੇਖਦੇ ਹੋ ਤਾਂ ਉਸ ਚੀਜ਼ ਤੇ ਵੀ ਕਿਤੇ ਨਾ ਕਿਤੇ ਸੰਤੁਸ਼ਟੀ ਹੋਏਗੀ ਕਿ ਚਲੋ ਸ਼ਾਇਦ ਉਹਨਾਂ ਤਾਂ ਨਹੀਂ ਪਰ ਇੰਨਾ ਕ ਜਰੂਰ ਕੀਤਾ ਕਿ ਬੱਚਿਆਂ ਨੂੰ ਵੀ ਕੁਝ ਸ਼ਿਕਾਇਤ ਨਹੀਂ ਤੁਹਾਡੇ ਤੋਂ ਨਾ ਨਹੀਂ ਕਰਦੇ ਨਹੀਂ ਬੱਚੇ ਵੀ ਬੜੇ ਖੁਸ਼ ਹੁੰਦੇ ਨੇ ਕਿਉਂਕਿ ਮੈਂ ਪ੍ਰੋਫੈਸਰ ਰਿਟਾਇਰ ਹੋਈ ਆ ਏਨੀ ਮਿਹਨਤ ਕਰਕੇ ਮੈਂ ਪ੍ਰੋਫੈਸਰ ਬਣੀ ਪੀ ਐਚ ਡੀ ਵੀ ਕੀਤੀ ਫਿਰ ਉਸ ਤੋਂ ਬਾਅਦ ਮੈਂ ਰਿਸਰਚ ਵੀ ਕਰਦੀ ਰਹੀ ਹੁਣ ਵੀ ਕਰ ਰਹੀ ਆ ਮੈਂ ਸਟੂਡੈਂਟਸ ਨੂੰ ਵੀ 10 ਸਟੂਡੈਂਟਸ ਨੂੰ ਪੀ ਐਚ ਡੀ ਕਰਵਾ ਚੁੱਕੀ ਆ ਤੇ ਇਹ ਵੀ ਮੇਰੇ ਵਾਸਤੇ ਇੱਕ ਕ੍ਰੈਡਿਟ ਦਾ ਕੰਮ ਹੈ ਇਹ ਬੱਚਿਆਂ ਨੂੰ ਵੀ ਮੈਂ ਬੈਸਟ ਐਜੂਕੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਔਰ ਸੈਟਲ ਵੀ ਕਰਤਾ ਔਰ ਬੱਚੇ ਮੇਰੇ ਅੱਛੇ ਸੈਟਲ ਵੀ ਹੋਏ ਨੇ ਬੇਟਾ ਜਿਸ ਨਾਲ ਦੱਸਿਆ ਮੈਂ ਤੁਹਾਨੂੰ ਯੂਨੀਵਰਸਿਟੀ ਚ ਹੈ ਬੇਟੀ ਵੀ ਪੈਕ ਵਿੱਚ ਹੈ ਸਾਨੂੰ ਲਾ ਮੇਰਾ ਬਹੁਤ ਅੱਛਾ ਹੈ ਮੇਰਾ ਮੈਨੂੰ ਅੰਡਰਸਟੈਂਡ ਕਰਦੇ ਨੇ ਬਹੁਤ ਅੰਡਰਸਟੈਂਡ ਕਰਦੇ ਨੇ ਤੇ ਪਰ ਇਹ ਵੀ ਦੇਖੋ ਤੁਸੀਂ ਖੁਸ਼ੀ ਵੀ ਹੁੰਦੀ ਹੈ ਕਿ ਮੈਂ ਇਸ ਮੰਜ਼ਿਲ ਤੇ ਪਹੁੰਚੀ ਹੁਣ ਮੈਂ ਪੰਜਾਬ ਪੋਇਮਸ ਲਿਖ ਚੁੱਕੀ ਹਾਂ ਮੈਂ ਉਹਨੂੰ ਛਪਾਉਣ ਲੱਗੀ ਹਾਂ ਤੇ ਮੇਰਾ ਗ੍ਰੈਂਡਸਨ ਜਿਹੜਾ ਉਹ ਬੜਾ ਖੁਸ਼ ਹੁੰਦਾ ਸਾਰੇ ਮਹੱਲੇ 'ਚ ਜਾ ਕੇ ਦੱਸ ਆਏਗਾ ਮੇਰੀ ਦਾਦੀ ਨਾ ਪੋਇੰਟਸ ਲਿਖਦੀਆਂ ਹਨ ਉਨਕੀ ਪੋਇੰਟਸ ਉਸਮੇ ਛਪਤੀਆਂ ਹਨ ਔਰ ਟੀਵੀ 'ਤੇ ਵੀ ਆਤੀਆਂ ਸਾਰਿਆਂ ਨੂੰ ਜਾ ਕੇ ਦੱਸ ਆਏਗਾ ਛੋਟਾ ਜਹਾ 10 ਸਾਲ ਦਾ ਤੇ ਸਾਰਿਆਂ ਨੂੰ ਦੱਸੇਗਾ ਮਤਲਬ ਉਹ ਪ੍ਰਾਊਡ ਫੀਲ ਕਰ ਰਿਹਾ ਹੈ ਉਹਨੂੰ ਅੱਛਾ ਲੱਗ ਰਿਹਾ ਹੈ ਕਿ ਮੇਰੀ ਦਾਦੀ ਜੋ ਹੈ ਦੱਸਦਾ ਸਾਰਿਆਂ ਨੂੰ ਕਿ ਮੇਰੀ ਦਾਦੀ ਪ੍ਰੋਫੈਸਰ ਰਿਟਾਇਰ ਹੋਈ ਹੈ ਕਿੱਥੇ ਕੋਈ ਐਵੇਂ ਗੱਲ ਹੋਈ ਪੋਲਿਟਿਕਸ ਦੀ ਤੇ ਮੈਂ ਉੱਥੇ ਦੱਸਿਆ ਵੀ ਨਹਿਰੂ ਜਿਹੜੇ ਜਵਾਲਾਲ ਨਹਿਰੂ ਸੀ ਉਹ ਬੈਰਿਸਟਰ ਸੀਗੇ ਉਹ ਕਹਿੰਦੇ ਨਹੀਂ ਨਹੀਂ ਉਹ ਪੜੇ ਲਿਖੇ ਨਹੀਂ ਸੀ ਮੈਂ ਕਹਾਂ ਨਹੀਂ ਬੈਰਿਸਟਰ ਸੀ ਫਿਰ ਉਹ ਦੇਖਣ ਲੱਗ ਗਏ ਉਹਦੇ ਚ ਆਪਣਾ ਗੂਗਲ 'ਚ ਸਰਚ ਕਰਨ ਲੱਗ ਗਏ ਫਿਰ ਮੈਨੂੰ ਕਹਿੰਦੇ ਹਾਂ ਤੁਸੀਂ ਠੀਕ ਕਹਿ ਰਹੇ ਹੋ ਬੈਰਿਸਟਰ ਸੀ ਤੇ ਮੇਰਾ ਗ੍ਰੈਂਡਸਨ ਕਹਿੰਦਾ ਆਪਕੋ ਪਤਾ ਨਹੀਂ ਮੇਰੀ ਦਾਦੀ ਪ੍ਰੋਫੈਸਰ ਰਿਟਾਇਰ ਹੋਈਆਂ ਉਹਨੂੰ ਸਾਰੀ ਹਿਸਟਰੀ ਆਤੀ ਹੈ ਹਾਂ ਬਤੋ ਬੱਚਿਆਂ ਨੂੰ ਬੜਾ ਉਹ ਪ੍ਰਾਊਡ ਫੀਲ ਕਰ ਰਹੇ ਨੇ ਕਿ ਸਾਡੀ ਦਾਦੀ ਇੱਥੇ ਤੱਕ ਪਹੁੰਚੀ ਹੈ ਹਾਂਜੀ ਸੋ ਠੀਕ ਹੈ ਮਤੇ ਬ اچھا ਵੀ ਲੱਗਦਾ ਹੈ ਕਿ ਕਮੀਆਂ ਤੇ ਬਾਵਜੂਦ ਮੈਂ ਇੱਥੇ ਤੱਕ ਪਹੁੰਚ ਸਕੀ ਲੇਕਿਨ ਉਹ ਕਮੀ ਤਾਂ ਹਮੇਸ਼ਾ ਹੀ ਰਹੇਗੀ ਉਹ ਕਮੀ ਤਾਂ ਅੱਜ ਵੀ ਮਹਿਸੂਸ ਹੁੰਦੀ ਹੈ ਔਰ ਹਮੇਸ਼ਾ ਹੀ ਰਹਿੰਦੀ ਰਹੇਗੀ ਹਾਂਜੀ ਨਹੀਂ ਇਸ ਚੀਜ਼ ਨੂੰ ਵਕਈ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਉਮੀਦ ਹੈ ਕਿ ਬਹੁਤ ਸਾਰੇ ਲੋਕ ਨੇ ਜਿਹੜੀ ਤੁਹਾਡੀ ਜਦੋਂ ਇਸ ਕਹਾਣੀ ਨੂੰ ਸੁਣਨਗੇ ਤਾਂ ਉਹਨਾਂ ਦਾ ਨਜ਼ਰੀਆ ਜਿਹੜਾ ਹੋਰ ਬਹੁਤ ਸਾਰੀਆਂ ਔਰਤਾਂ ਲਈ ਵੀ ਬਦਲੇਗਾ ਤੇ ਨਾਲ ਦੀ ਨਾਲ ਉਹਨਾਂ ਔਰਤਾਂ ਨੂੰ ਵੀ ਇੱਕ ਹਿੰਮਤ ਮਿਲੇਗੀ ਜਿਨ੍ਹਾਂ ਨੂੰ ਲੱਗਦਾ ਹੁੰਦਾ ਹੈ ਕਿ ਬੰਦੇ ਦੇ ਜਾਣ ਤੋਂ ਬਾਅਦ ਜ਼ਿੰਦਗੀ ਤੇ ਜਿਹੜਾ ਇੱਕ ਬਹੁਤ ਵੱਡਾ ਫੁੱਲ ਸਟਾਪ ਲੱਗ ਜਾਂਦਾ ਹੈ ਨਾ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਵਕਤ ਕੱਢਿਆ ਤੇ ਉਮੀਦ ਹੈ ਕਿ ਇਸੇ ਤਰ੍ਹਾਂ ਅਗਲੇ ਸਮੇਂ 'ਚ ਵੀ ਤੁਹਾਡੇ ਜਿਹੜੇ ਆਰਟੀਕਲ ਨੇ ਜਾਂ ਤੁਹਾਡੇ ਵੱਲੋਂ ਕੀਤੇ ਹੋਏ ਕੰਮ ਨੇ ਜਿਹੜੇ ਲੋਕਾਂ 'ਚ ਜਾਂਦੇ ਰਹਿਣਗੇ ਇਹ ਵੀ ਬਹੁਤ-ਬਹੁਤ ਤੁਹਾਡਾ ਥੈਂਕ ਯੂ ਕਰਦੀ ਹਾਂ ਕਿ ਤੁਸੀਂ ਮੈਨੂੰ ਪੁੱਛਣ ਲਈ ਆਇਓ ਔਰ ਅਗਰ ਮੇਰਾ ਇਹ ਸਭ ਸੁਣ ਕੇ ਮੈਸੇਜ ਕਿਸੇ ਨੂੰ ਅੱਛਾ ਲੱਗੇ ਜਾਂ ਕਿਸੇ ਔਰਤਾਂ ਨੂੰ ਜਿਹੜੀਆਂ ਮੇਰੀ ਤਰ੍ਹਾਂ ਕੋਈ ਯੰਗ ਏਜ ਦੇ ਵਿੱਚ ਆਪਣਾ ਵਿਡੋ ਹੋ ਜਾਂਦੀਆਂ ਨੇ ਅਗਰ ਉਹਨਾਂ ਨੂੰ ਥੋੜੀ ਜੀ ਵੀ ਹਿੰਮਤ ਮਿਲਦੀ ਹੈ ਤਾਂ ਮੈਨੂੰ ਬੜੀ ਅੱਛਾ ਲੱਗੇਗਾ ਮੈਨੂੰ ਬੜੀ ਖੁਸ਼ੀ ਹੋਏਗੀ ਕਿ ਉਹ ਆਪਣੇ ਪੈਰਾਂ ਤੇ ਖੜੀਆਂ ਹੋ ਸਕਣਗੀਆਂ ਇਸਨ ਡਾਕਟਰ ਮੰਜੂ ਵਰਮਾ ਜਿਨ੍ਹਾਂ ਨੂੰ ਤੁਸੀਂ ਸੁਣਿਆ ਸੋਸਾਇਟੀ ਨੂੰ ਬਹੁਤ ਸਾਰੀਆਂ ਇਹੋ ਜਿਹੀਆਂ ਔਰਤਾਂ ਲਈ ਆਪਣਾ ਨਜ਼ਰੀਆ ਜਿਹੜਾ ਜ਼ਰੂਰ ਬਦਲਣਾ ਚਾਹੀਦਾ ਇਹਨਾਂ ਦੀ ਕਹਾਣੀ ਸੁਣ ਕੇ ਬਦਲ ਲੈਣਾ ਚਾਹੀਦਾ ਕਿਉਂਕਿ ਜਦੋਂ ਕੋਈ ਔਰਤ ਦੁਨੀਆ ਤੋਂ ਜਾਂਦੀ ਹੈ ਤਾਂ ਅਸੀਂ ਮਰਦ ਲਈ ਬਹੁਤ ਸਾਰੀਆਂ ਤਜਵੀਜ਼ਾਂ ਨੇ ਜਿਹੜੀਆਂ ਬਹੁਤ ਸਾਰੀਆਂ ਸਲਾਹਾਂ ਦਿੰਨੇ ਆ ਕਿ ਉਹਦੇ ਲਈ ਘਰ ਬਸਾਉਣਾ ਬਹੁਤ ਜ਼ਰੂਰੀ ਹੈ ਰੋਟੀ ਲਈ ਜਾਂ ਬੱਚਿਆਂ ਲਈ ਪਰ ਜਦੋਂ ਔਰਤ ਨਾਲ ਕੋਈ ਐਵੇਂ ਦਾ ਹਾਦਸਾ ਵਾਪਰਦਾ ਤਾਂ ਸਾਡੀ ਸੋਚ ਆ ਜਿਹੜੀ ਉਹ ਇੰਨੀ ਜ਼ਿਆਦਾ ਥੱਲੇ ਡਿੱਗ ਜਾਂਦੀ ਹੈ ਕਿ ਅਸੀਂ ਉਹਦੇ ਕੱਪੜੇ ਪਾਉਣ ਤੋਂ ਲੈ ਕੇ ਉਹਦੇ ਬਾਹਰ ਨਿਕਲਣ ਤੱਕ ਜਾਂ ਉਹਦੇ ਕੰਮਕਾਰ ਕਰਨ ਤੱਕ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੂੰ ਖੁਦ ਤੈਅ ਕਰਨ ਲੱਗ ਜਾਂਦੇ ਆ ਜਦ ਕਿ ਜਿਸ ਇਨਸਾਨ ਦੇ ਉੱਪਰ ਜਾਂ ਜਿਸ ਇਨਸਾਨ ਨਾਲ ਇਹੋ ਜਿਹਾ ਹਾਦਸਾ ਵਾਪਰਿਆ ਉਹ ਮਾਨਸਿਕ ਤੌਰ ਤੇ ਵੀ ਤੇ ਸਰੀਰਕ ਤੌਰ ਤੇ ਵੀ ਕਈ ਵਾਰ ਇੰਨਾ ਟੁੱਟ ਜਾਂਦਾ ਵੀ ਉਹਨੂੰ ਸਾਡੇ ਹੌਸਲੇ ਦੀ ਹੋਰ ਜ਼ਿਆਦਾ ਜ਼ਰੂਰਤ ਹੁੰਦੀ ਆ ਉਮੀਦ ਹੈ ਕਿ ਇਸ ਕਹਾਣੀ ਨਾਲ ਬਹੁਤ ਸਾਰੇ ਲੋਕਾਂ ਦੀ ਜਿਹੜੀ ਸੋਚ ਆ ਉਹ ਜ਼ਰੂਰ ਬਦਲੇਗੀ ਅਗਲੀ ਵਾਰ ਫਿਰ ਤੋਂ ਇੱਕ ਨਵੀਂ ਸ਼ਖਸੀਅਤ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ